ਮੇਰੇ ਵੱਲੋਂ ਜਾਣੀ ਜਗਤਾਰ ਸਿੰਘ ਜੱਗੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਖਾਸ ਲਾਈਵ ਸ਼ੋਅ ਦੇ ਵਿੱਚ। ਜਿਵੇਂ ਕਿ ਇਸ ਸਮੇਂ ਦੇਖਣ ਵਾਲੇ ਦਰਸ਼ਕ ਜਾਣਦੇ ਨੇ ਕਿ ਅਸੀਂ ਮੰਗਲਵਾਰ ਦੀ ਮੰਗਲਵਾਰ ਇੱਕ ਸ਼ੋਅ ਜਿਹੜਾ ਲਾਈਵ ਸੈਕਰਾਮੈਂਟੋ ਸਟੂਡੀਓ ਦੇ ਵਿੱਚੋਂ ਵੀ ਸ਼ੁਰੂ ਕੀਤਾ ਤੁਹਾਡੇ ਵਾਸਤੇ, ਜਿਹਦੇ ਵਿੱਚ ਅਸੀਂ ਗੱਲਬਾਤ ਕਰ ਸਕੀਏ ਤੁਹਾਡੀਆਂ ਸਮੱਸਿਆਵਾਂ ਦੀ, ਜਿਹੜੇ ਘਰਾਂ ਦੇ ਵਿੱਚ ਬੈਠੇ ਸਾਡੇ ਦਰਸ਼ਕਾਂ ਦੇ ਜ਼ਿਹਨ ਦੇ ਵਿੱਚ ਸਵਾਲ ਹੁੰਦੇ ਨੇ ਕਿਸੇ ਨਾ ਕਿਸੇ ਸਮੱਸਿਆ ਦੇ ਸੰਬੰਧੀ, ਚਾਹੇ ਉਹ ਸਿਹਤ ਨਾਲ ਸੰਬੰਧਿਤ ਹੋਵੇ, ਚਾਹੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਹੋਵੇ, ਚਾਹੇ ਅਸੀਂ ਕੋਈ ਘਰ ਖਰੀਦਣਾ ਉਹਦੇ ਨਾਲ ਸੰਬੰਧਿਤ ਹੋਵੇ। ਸੋ ਵੱਖ ਵੱਖ ਦਿਨ ਫਿਰ ਅਸੀਂ ਕੋਸ਼ਿਸ਼ ਕਰੀਦੀ ਹੈ ਕੋਈ ਖਾਸ ਮਹਿਮਾਨ ਬੁਲਾ ਕੇ ਉਹਨਾਂ ਦੇ ਨਾਲ ਗੱਲਬਾਤ ਕਰੀਏ, ਉਹਨਾਂ ਕੋਲੋਂ ਜਾਣਕਾਰੀ ਲਈਏ ਅਸੀਂ ਇਹਨਾਂ ਸਮੱਸਿਆਵਾਂ ਬਾਰੇ। ਅੱਜ ਦੀ ਅਗਰ ਗੱਲ ਕਰੀਏ ਤਾਂ ਅੱਜ ਸਾਡੇ ਸਟੂਡੀਓ ਦੇ ਵਿੱਚ ਖਾਸ ਮਹਿਮਾਨ ਜਿਹੜੇ ਆਏ ਨੇ ਉਹ ਸੰਬੰਧਿਤ ਨੇ ਸਾਡੀ ਸਿਹਤ ਦੇ ਨਾਲ। ਸਿਹਤ ਤੋਂ ਭਾਵ ਸਿਆਣੇ ਕਹਿੰਦੇ ਵੀ ਜੇ ਸਿਹਤ ਠੀਕ ਹੈ ਫਿਰ ਸਾਰਾ ਕੁਝ ਠੀਕ ਹੈ, ਜੇ ਸਿਹਤ ਠੀਕ ਨਹੀਂ ਹੈ ਤਾਂ ਫਿਰ ਕੁਝ ਵੀ ਠੀਕ ਨਹੀਂ ਹੈ। ਸਿਹਤ ਤੁਹਾਡੀ ਠੀਕ ਨਹੀ�ं ਹੈ, ਤੁਹਾਡੇ ਕੋਲ ਕਰੋੜਾਂ ਡਾਲਰ ਪਿਆ, ਤੁਸੀਂ ਉਹਨੂੰ ਇੰਜੋਏ ਨਹੀਂ ਕਰ ਸਕਦੇ। ਸਿਹਤ ਤੁਹਾਡੀ ਠੀਕ ਹੈ, ਤੁਹਾਡੀ ਜੇਬ 'ਚ ਪੈਸੇ ਜੇ ਘੱਟ ਹੈ ਤਾਂ ਤੁਸੀਂ ਇੰਜੋਏ ਕਰ ਸਕਦੇ ਹੋ। ਅੱਜ ਡਾਕਟਰ ਜਸਬੀਰ ਸਿੰਘ ਕੰਗ ਜੋ ਕਿ MD ਨੇ FHM ਦੇ, ਉਹ ਸਾਡੇ ਸਟੂਡੀਓ ਦੇ ਵਿੱਚ ਆਏ ਨੇ। ਉਹਨਾਂ ਨੂੰ ਖਾਸ ਅਸੀਂ ਰਿਕੁਐਸਟ ਕੀਤੀ ਹੈ ਅਤੇ ਸਿਹਤ ਬਾਰੇ ਗੱਲਾਂ ਬਾਤਾਂ ਕਰਾਂਗੇ। ਸਿਹਤ ਤੋਂ ਭਾਵ ਵੈਸੇ ਤਾਂ ਸਿਹਤ ਦੇ ਨਾਲ ਸੰਬੰਧਿਤ ਅਨੇਕਾਂ ਸਮੱਸਿਆਵਾਂ ਨੇ, ਅਨੇਕਾਂ ਬਿਮਾਰੀਆਂ ਨੇ, ਪਰ ਅੱਜ ਅਸੀਂ ਜਿਸ ਟੌਪਿਕ 'ਤੇ ਗੱਲ ਕਰਾਂਗੇ ਉਹ ਹੈ ਜਿਹੜਾ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਅਸੀਂ ਕਹਿੰਦੇ ਹਾਂ, ਜਿਹਨੇ 24 ਘੰਟੇ ਕੰਮ ਕਰਨਾ, ਬਾਕੀ ਸਾਰੇ ਸਰੀਰ ਦੇ ਅੰਗ ਜਿਹੜੇ ਨੇ ਆਰਾਮ ਵੀ ਕਰ ਲੈਂਦੇ ਨੇ ਗਾਹੇ ਵਗਾਹੇ, ਪਰ ਇਸ ਜਿਹੜਾ ਖਾਸ ਅੰਗ ਦਾ ਮਕਸਦ ਇਹ ਹੈ ਕਿ ਇਹਨੇ 24 ਘੰਟੇ ਲਗਾਤਾਰ ਨਿਰੰਤਰ ਕੰਮ ਕਰਦੇ ਰਹਿਣਾ, ਉਹ ਹੈ ਸਾਡਾ ਦਿਲ। ਵੈਸੇ ਤਾਂ ਦਿਲ 'ਤੇ ਗਾਣੇ ਗੁਣੇ ਬਹੁਤ ਬਣੇ ਨੇ, ਪਰ ਅਸੀਂ ਦਿਲ ਦੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਦੀ ਗੱਲ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ, ਗਾਣਿਆਂ ਦੀ ਗੱਲ ਜਿਹੜੀ ਹੈ ਹੋਰ ਪ੍ਰੋਗਰਾਮ ਦੇ ਵਿੱਚ ਜਿਹੜਾ ਆਉਂਦਾ ਉਹ 'ਚ ਕਰਾਂਗੇ। ਸੋ ਦਿਲ ਦੀਆਂ ਬਿਮਾਰੀਆਂ, ਖਾਸ ਤੌਰ 'ਤੇ ਹਾਰਟ ਅਟੈਕ ਦੀ ਸਮੱਸਿਆ ਅੱਜ ਪੂਰੀ ਦੁਨੀਆ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈ। ਕੀ ਨੇ ਇਹਦੇ ਕਾਰਨ ਅਤੇ ਕੀ ਨੇ ਇਹਦੇ ਹੱਲ, ਇਹਦੇ ਬਾਰੇ ਡਾਕਟਰ ਜਸਬੀਰ ਸਿੰਘ ਕੰਗ ਸਾਹਿਬ ਨਾਲ ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਜਗਤਾਰ ਸਿੰਘ ਜੱਗੀ ਜੀ, ਤੁਹਾਨੂੰ ਅਤੇ ਪ੍ਰੋਗਰਾਮ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ, ਤੁਸੀਂ ਆਏ। ਵੈਸੇ ਤਾਂ ਜਿੰਨੇ ਦਰਸ਼ਕ ਘਰਾਂ ਵਿੱਚ ਬੈਠੇ ਨੇ ਉਹ ਸਾਰੇ ਭਲੀ ਭਾਂਤ ਜਾਣਦੇ ਨੇ ਤੁਹਾਨੂੰ। ਤੁਸੀਂ ਲੰਬੇ ਅਰਸੇ ਤੋਂ ਟੈਲੀਵਿਜ਼ਨ ਦੇ ਜ਼ਰੀਏ ਜਾਂ ਸੋਸ਼ਲ ਕੰਮਾਂ ਦੇ ਜ਼ਰੀਏ, ਇਹ ਇੱਥੋਂ ਤੱਕ ਕਿ ਮਨੋਰੰਜਨ ਦੇ ਜ਼ਰੀਏ ਵਿਚਰਦੇ ਹੋ ਸਾਡੀ ਜਨਤਾ ਦੇ ਵਿੱਚ, ਖਾਸ ਤੌਰ 'ਤੇ ਅਸੀਂ ਇਸ ਏਰੀਏ ਦੀ ਗੱਲ ਕਰੀਏ, ਸੈਕਰਾਮੈਂਟੋ, ਯੂਬਾ ਸਿਟੀ ਜਾਂ ਕੈਲੀਫੋਰਨੀਆ ਦੇ ਵਿੱਚ। ਪਰ ਅੱਜ ਜਿਹੜੀ ਤੁਹਾਨੂੰ ਦਰਖਾਸਤ ਕੀਤੀ ਹੈ ਉਹ ਸਾਡੇ ਦਰਸ਼ਕਾਂ ਵਾਸਤੇ ਇਹ ਹੈ ਕਿ ਵੈਸੇ ਤਾਂ ਜਿਹੜੀ ਮਰਜ਼ੀ ਟੌਪਿਕ ਜਿਹੜਾ ਮਰਜ਼ੀ ਛੇੜ ਲਓ ਜੀ, ਉੱਤੇ ਹੀ ਭਾਵੇਂ ਜਿੰਨੀ ਦੇਰ ਮਰਜ਼ੀ ਗੱਲ ਕਰ ਲਓ, ਅਤੇ ਪਰ ਅਸੀਂ ਅੱਜ ਹਾਰਟ ਅਟੈਕ ਬਾਰੇ ਗੱਲਬਾਤ ਜਿਹੜੀ ਉਹ ਕਰਨੀ ਚਾਹਾਂਗੇ ਸਾਡੇ ਦਰਸ਼ਕਾਂ ਦੀ। ਅਤੇ ਨਾਲ ਦੀ ਨਾਲ ਮੈਂ ਬੇਨਤੀ ਕਰਦਾ ਸਾਡੇ ਘਰਾਂ ਵਿੱਚ ਬੈਠੇ ਦਰਸ਼ਕ, ਤੁਹਾਡੇ ਜ਼ਿਹਨ ਦੇ ਵਿੱਚ ਕੋਈ ਸਵਾਲ ਹੋਵੇ ਡਾਕਟਰ ਸਾਹਿਬ ਵਾਸਤੇ ਤਾਂ ਤੁਸੀਂ ਕਾਲ ਕਰਕੇ ਸਿੱਧਾ ਸਵਾਲ ਕਰ ਸਕਦੇ ਹੋ। ਸ਼ੋਰਟਸ ਦੇ ਵਿੱਚ ਸਵਾਲ ਰੱਖਣਾ ਪਏਗਾ ਅਤੇ ਡਾਕਟਰ ਸਾਹਿਬ ਜਵਾਬ ਦੇਣਗੇ। ਅਤੇ ਨਾਲ ਦੀ ਨਾਲ ਕੋਈ ਹੋਰ ਗੱਲਬਾਤ ਵੀ ਸਿਹਤ ਦੇ ਸੰਬੰਧੀ ਕਰਨੀ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਜੀ। ਡਾਕਟਰ ਸਾਹਿਬ ਗੱਲ ਕਰਦੇ ਸੀ ਹਾਰਟ ਅਟੈਕ ਦੀ, ਤਾਂ ਉਹਦੇ ਮਤਲਬ ਪਹਿਲਾਂ ਤਾਂ ਇਹ ਕਾਰਨ ਕੀ ਲੱਗਦੇ ਨੇ? ਪਹਿਲੇ ਸਮਿਆਂ ਦੇ ਵਿੱਚ ਇਹ ਬਿਮਾਰੀਆਂ ਬਹੁਤ ਘੱਟ ਹੁੰਦੀਆਂ ਸੀਗੀਆਂ। ਜੱਗੀ ਸਾਹਿਬ, ਤੁਸੀਂ ਬਹੁਤ ਸੋਹਣਾ ਕਿਹਾ ਵੀ ਜੇ ਜਾਨ ਹੈ ਤਾਂ ਜਹਾਨ ਹੈ। ਜਿਹੜਾ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਆ ਉਹ ਦਿਲ ਆ। ਸੋ ਦਿਲ ਇੱਕ ਪੰਪ ਦੀ ਤਰ੍ਹਾਂ ਕੰਮ ਕਰਦਾ ਜੀ। ਦਿਲ ਨੂੰ ਕੰਮ ਕਰਨ ਲਈ ਜਿਹੜੀ ਖੁਰਾਕ ਹੈ, ਛੋਟੀਆਂ ਛੋਟੀਆਂ ਨਾੜੀਆਂ ਨੇ ਜਿਹਨਾਂ ਨੂੰ ਆਪਾਂ ਕੋਰੋਨਰੀ ਆਰਟਰੀਜ਼ ਕਹਿੰਦੇ ਹਾਂ, ਜਿਹੜੀਆਂ ਕਿ ਖੁਰਾਕ ਦਿਲ ਦੇ ਮਸਲ ਨੂੰ ਜੀ ਪਹੁੰਚਾਉਂਦੀਆਂ ਨੇ। ਜਦੋਂ ਨਾੜੀਆਂ ਬੰਦ ਹੋ ਜਾਣ ਕਿਸੇ ਵੀ ਵਜ੍ਹਾ ਕਰਕੇ, ਅਤੇ ਜਿਹੜਾ ਮਸਲ ਆ ਹਾਰਟ ਦਾ ਜਾਂ ਹਾਰਟ ਦਾ ਮਸਲ ਦੀ, ਜਦੋਂ ਜਾਂ ਉਹਨੂੰ ਘੱਟ ਖੂਨ ਮਿਲੇ ਜਾਂ ਉਹਦੀ ਕਿਸੇ ਵਜ੍ਹਾ ਕਰਕੇ ਡੈਥ ਹੋ ਜਾਂਦੀ ਹੈ, ਉਹਨੂੰ ਆਪਾਂ ਹਾਰਟ ਅਟੈਕ ਕਹਿੰਦੇ ਹਾਂ ਆਮ ਬੋਲੀ ਦੇ ਵਿੱਚ, ਇੰਗਲਿਸ਼ 'ਚ ਅਸੀਂ ਮਾਇਓਕਾਰਡਲ ਇਨਫਾਰਕਸ਼ਨ ਕਹਿੰਦੇ ਹਾਂ। ਸੋ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਵੀ ਜਿਹੜੀ ਹਾਰਟ ਦੀ ਬਿਮਾਰੀ ਆ, ਹਾਰਟ ਅਟੈਕ ਦੀ ਬਿਮਾਰੀ ਆ, ਖਾਸ ਕਰਕੇ ਪੰਜਾਬੀ ਭਾਈਚਾਰੇ ਵਿੱਚ ਉਹ ਆਮ ਲੋਕਾਂ ਨਾਲੋਂ ਕਿਤੇ ਜ਼ਿਆਦਾ ਹੈਗੀ ਆ। ਨਹੀਂ, ਗਾਣਿਆਂ ਵਿੱਚ ਤਾਂ ਕਹਿੰਦੇ ਵੀ ਜੱਟਾਂ ਨੂੰ ਇਹ ਪ੍ਰੋਬਲਮ ਨਹੀਂ ਆਉਂਦੀ। ਦੇਖੋ ਜੀ, ਜਿਹੜੇ ਉਹ ਪੁਰਾਣੇ ਜੱਟ ਸੀ, ਖੇਤਾਂ 'ਚ ਕੰਮ ਕਰਦੇ ਸੀ ਖੁਦ ਜੀ, ਉਦੋਂ ਸਰੀਰਕ ਤੌਰ 'ਤੇ ਕੰਮ ਕਰਦੇ ਸੀ। ਹੁਣ ਜੇ ਤੁਸੀਂ ਕਿਸੇ ਤੋਂ ਕੰਮ ਰੱਖ ਕੇ ਕਰਾਉਂਦੇ ਹੋ ਜੀ, ਅਤੇ ਖਾਣੇ ਵੀ ਬਦਲ ਗਏ ਨੇ, ਅਤੇ ਕਈ ਤੁਸੀਂ ਪੁੱਛਿਆ ਵੀ ਸਭ ਤੋਂ ਕਾਮਨ ਵਜ੍ਹਾ ਕੀ ਆ, ਵਜ੍ਹਾ ਇਹ ਆ ਜੀ, ਦੇਖੋ ਜੇ ਆਪਾਂ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਵੇਖੀਏ, ਉਹ ਸਾਰੇ ਪਤਲੇ ਹੁੰਦੇ ਸੀ, ਉਹਨਾਂ ਦਾ ਜੀਵਨ ਸਾਦਾ ਹੁੰਦਾ ਸੀ, ਖਾਣਾ ਪੀਣਾ ਵੀ ਸਾਦਾ ਸੀ, ਅਤੇ ਉਹ ਰੱਬ ਨੂੰ ਮੰਨਦੇ ਸੀ, ਪਾਠ ਪੂਜਾ ਕਰਨ ਵਾਲੇ ਸੀ, ਸਟ੍ਰੈਸ ਵੀ ਘੱਟ ਸੀ, ਮਿਹਨਤ ਵੀ ਬਹੁਤ ਜ਼ਿਆਦਾ, ਮਿਹਨਤ ਵੀ ਬਹੁਤ ਕਰਦੇ ਸੀ। ਹੁਣ ਅੱਜ ਇਹ ਹੋਇਆ ਵੀ ਸਾਡਾ ਜਿਹੜਾ ਖਾਣੇ ਦੇ ਵਿੱਚ ਨਾ ਕਾਰਬੋਹਾਈਡਰੇਟ, ਮਿੱਠੇ ਵਾਲੀਆਂ ਜਾਂ ਚਰਬੀ ਵਾਲੀਆਂ ਚੀਜ਼ਾਂ ਬਹੁਤ ਅਸੀਂ ਖਾਣ ਲਿਆ, ਜਿਹੜਾ ਫਰਿੱਜ ਘਰ 'ਚ ਅਸੀਂ ਲਿਆਉਂਦਾ ਨਾ ਜੀ, ਇਹ ਅਸੀਂ ਬਿਪਤਾ ਲਿਆਉਂਦੀ ਆ। ਸੋ ਜਿਹੜਾ ਖਾਣਾ ਪੀਣਾ ਸਾਡਾ ਅੱਗੇ ਨਾਲੋਂ ਬਹੁਤ ਬਦਲ ਗਿਆ, ਅਤੇ ਦੂਜਾ ਸਾਡੇ ਰੁਜ਼ਗਾਰ ਸੀ ਜਿਹੜੇ, ਉਹ ਸਰੀਰਕ ਕੰਮ ਅੱਗੇ ਵਾਂਗੂ ਨਹੀਂ ਰਿਹਾ, ਹੁਣ ਕੰਮ ਅਸੀਂ ਜ਼ਿਆਦਾ ਕਰਦੇ ਹਾਂ, ਬਹਿ ਕੇ ਸੋਚਣ ਵਾਲਾ ਕੰਮ ਜਾਂ ਮਾਨਸਿਕ ਕੰਮ ਜ਼ਿਆਦਾ, ਸਰੀਰਕ ਕੰਮ ਘੱਟ ਆ। ਅਤੇ ਤੀਜਾ ਹੈਗਾ ਸਟ੍ਰੈਸ ਜੀ,
ਜੇ ਇਹ ਸਟੈਨਫੋਰਡ ਇੱਥੇ ਯੂਨੀਵਰਸਿਟੀ ਕੈਲੀਫੋਰਨੀਆ 'ਚ ਬਹੁਤ ਵੱਡੀ, ਉਹਨਾਂ ਨੇ ਇਹ ਸਟੱਡੀ ਕੀਤਾ ਵੀ ਜਿਹੜਾ ਸਟ੍ਰੈਸ ਹੈ ਨਾ ਜੀ, ਸਟ੍ਰੈਸ ਸਾਡੀ ਲਾਈਫ 'ਚ ਬਹੁਤ ਆ, ਖਾਸ ਕਰਕੇ ਜਿਹੜੇ ਨਵੇਂ ਇਮੀਗ੍ਰੈਂਟ ਆਉਂਦੇ ਆ, ਕਿਉਂਕਿ ਇੱਥੇ ਆ ਕੇ ਵਸਣਾ, ਇੱਥੇ ਦੇ ਇੱਕ ਨਵੇਂ ਸੱਭਿਆਚਾਰ 'ਚ ਆਪਣੇ ਆਪ ਨੂੰ ਐਡਜਸਟ ਕਰਨੇ, ਫਿਰ ਬੱਚੇ ਪਾਲਣੇ, ਫਿਰ ਸਾਡੀ ਕਮਿਊਨਿਟੀ 'ਚ ਵੀ ਬੜਾ ਕਲੇਸ਼ ਆ। ਮੈਂ ਉਹ ਟੋਪਿਕ 'ਤੇ ਨਹੀਂ ਜਾਊਂਗਾ ਵੀ ਅਸੀਂ ਸਟ੍ਰੈਸ ਜਿਹੜਾ ਹੈਗਾ ਨਾ ਉਹ ਵੀ ਤੁਹਾਡੀਆਂ ਜਿਹੜੀਆਂ ਹਾਰਟ ਦੀਆਂ ਬਿਮਾਰੀਆਂ ਨੂੰ ਵਧਾਉਂਦਾ ਹੈਗਾ। ਫਿਰ ਤੁਹਾਡੀ ਫੈਮਿਲੀ ਹਿਸਟਰੀ, ਜੇ ਤੁਹਾਡੀ ਫੈਮਿਲੀ ਹਿਸਟਰੀ 'ਚ ਹਾਰਟ ਦੀ ਪ੍ਰੋਬਲਮ ਹੈ, ਡਾਇਬਿਟੀਜ਼ ਆ, ਤੁਸੀਂ ਸਮੋਕ ਕਰਦੇ ਹੋ, ਸਰੀਰ 'ਚ ਮੋਟਾਪਾ, ਹਾਈ ਬਲੱਡ ਪ੍ਰੈਸ਼ਰ ਆ, ਹਾਈ ਕੋਲੈਸਟਰੋਲ ਆ, ਸੋ ਆਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਹਾਰਟ ਅਟੈਕ ਹੋਣ ਦੇ ਚਾਂਸ ਵਧਾ ਦਿੰਦੀਆਂ। ਅੱਛਾ, ਇੱਕ ਹੋਰ ਜਿਹੜੀ ਚੀਜ਼ ਹੈਗੀ, ਪਹਿਲਾਂ ਇਹ ਦੇਖਿਆ ਜਾਂਦਾ ਸੀ ਅਕਸਰ ਕਿ ਇਹ ਛੋਟੀ ਉਮਰ ਦੇ ਵਿੱਚ ਹਾਰਟ ਅਟੈਕ ਨਹੀਂ ਹੁੰਦਾ ਸੀਗਾ, ਘੱਟ ਹੁੰਦੇ ਸੀ ਜਾਂ ਬਹੁਤ ਘੱਟ ਸੀ, ਬਹੁਤ ਘੱਟ ਰੇਸ਼ੋ ਸੀਗੀ। ਅਤੇ ਹੁਣ ਸਾਡੇ, ਮੈਂ ਅਗਰ ਪੰਜਾਬ ਦੀ ਗੱਲ ਕਰਾਂ ਤਾਂ ਸਾਡੇ ਪਿੰਡ ਦੀ ਗੱਲ ਆ, ਉਹ ਮੁੰਡਾ 17 ਸਾਲਾਂ ਦਾ ਸੀਗਾ, ਬੜਾ ਉਹਦੀ ਕੋਈ ਪ੍ਰੋਬਲਮ ਨਹੀਂ, ਕਦੇ ਵੀ ਪ੍ਰੋਬਲਮ ਨਹੀਂ ਸੀਗੀ। ਅਤੇ ਉਹ ਕਮਾਦ ਖੇਤਾਂ ਤੋਂ ਗੰਨੇ ਲੈ ਕੇ ਆਇਆ, ਸਵੇਰੇ ਮੰਡੀ ਲੈ ਕੇ ਜਾਣਾ ਸੀ, ਰਾਤ ਨੂੰ ਸੁੱਤਾ, ਸਵੇਰੇ ਉੱਠਿਆ ਹੀ ਨਹੀਂ। ਇਹ ਛੋਟੀ ਉਮਰ 'ਚ ਇਹਦੇ ਕੀ ਕਾਰਨ ਰਹਿ ਜਾਂਦੇ ਆ? ਦੇਖੋ ਜੀ, ਜਿਹੜੇ ਛੋਟੀ ਉਮਰ ਦੇ ਵਿੱਚ ਹਾਰਟ ਅਟੈਕ, ਹੁਣ ਅਸੀਂ 30 ਸਾਲ 40 ਸਾਲ ਦੀ ਉਮਰ 'ਚ ਕਾਫੀ ਵੇਖਦੇ ਹਾਂ, ਜਿਹੜਾ ਹੁੰਦਾ ਵੀ ਸਡਨ ਡੈਥ ਹੁੰਦੀ ਆ 20 ਸਾਲ ਤੋਂ ਥੱਲੇ, ਉਹ ਅਕਸਰ ਹਾਰਟ ਅਟੈਕ ਕਰਕੇ ਨਹੀਂ ਹੁੰਦੀ। ਉਹ ਜਿਹੜੀ ਦਿਲ ਦੀ ਧੜਕਣ ਆ, ਜਿਹਨੂੰ ਅਸੀਂ ਰਿਦਮ ਕਹਿੰਦੇ ਹਾਂ, ਉਹ ਜਦੋਂ ਅਰਿਦਮੀਆ ਹੋ ਜਾਂਦਾ, ਧੜਕਣ ਦੀਆਂ ਕਈ ਬਿਮਾਰੀਆਂ ਨੇ, ਕਈ ਵਾਰੀ ਕਈਆਂ ਨੂੰ ਜੈਨੈਟਿਕਲੀ ਕਾਰਡੀਓਮਾਇਓਪੈਥੀ ਹੁੰਦੀ ਵੀ ਹਾਰਟ ਦਾ ਮਸਲ ਉਹ ਠੀਕ ਤਰ੍ਹਾਂ ਬਣਿਆ ਨਹੀਂ, ਜਾਂ ਕੋਈ ਨਸ਼ਾ ਪੱਤਾ, ਜਿਵੇਂ ਅੱਜ ਕੱਲ੍ਹ ਚਿੱਟਾ ਬਹੁਤ ਕਰਦੇ ਨਿਆਣੇ, ਚਿੱਟੇ ਨਾਲ ਵੀ ਸਡਨਲੀ ਹਾਰਟ ਅਟੈਕ ਹੋ ਸਕਦਾ, ਉਹ ਹੋਰ ਕਿਸਮ ਦਾ ਹਾਰਟ ਅਟੈਕ ਆ ਜੀ। ਪਰ ਜਿਹੜਾ ਕਾਮਨ ਕਿਸਮ ਦਾ ਹਾਰਟ ਅਟੈਕ, ਆਰਟਰੀਆਂ 'ਚ ਜਿਹੜਾ ਕੋਲੈਸਟਰੋਲ ਜੰਮ ਕੇ ਨਾੜੀਆਂ ਬੰਦ ਹੁੰਦੀਆਂ, ਉਹ ਅਸੀਂ ਹੁਣ ਦੇਖਿਆ ਵੀ ਯੰਗ ਬੰਦੇ ਆਪਣੇ ਜਿਹੜੇ ਹੈਗੇ ਨੇ ਨਾ, ਉਹ ਖਾਣ ਪੀਣ ਦਾ ਖਿਆਲ ਨਹੀਂ ਰੱਖਦੇ, ਸਟ੍ਰੈਸ ਬਹੁਤ ਆ, ਅਤੇ ਉਹ ਚੀਜ਼ਾਂ ਉਹ ਚੈੱਕ ਹੀ ਨਹੀਂ ਕਰਾਉਂਦੇ। ਸੋ ਜਿਵੇਂ ਹੁਣ ਆਪਾਂ ਟਰੱਕ ਵੀ ਆ, ਜਾਂ ਆਪਾਂ ਚਲਾਉਂਦੇ ਹਾਂ, ਜਾਂ ਟੈਕਸੀ ਚਲਾਉਂਦੇ ਹਾਂ, ਜਾਂ ਕਾਰ ਚਲਾਉਂਦੇ ਹਾਂ, ਆਪਾਂ ਕਾਰ ਨੂੰ ਜਾ ਕੇ 3 ਮਹੀਨੇ 4 ਮਹੀਨੇ ਬਾਅਦ ਜਾ ਕੇ ਉਹਦੀ ਸਰਵਿਸ ਕਰਾਈਦੀ ਆ ਜੀ। ਹੁਣ ਆਪਣਾ ਬੰਦੇ ਆਪਾਂ ਆਪਣੀ ਸਰਵਿਸ ਹੀ ਨਹੀਂ ਕਰਾਉਣੀ ਮੰਗਦੇ, ਚੈੱਕ ਹੀ ਨਹੀਂ ਕਰਾਉਣਾ ਮੰਗਦੇ, ਸੋ ਜੇ ਬਿਮਾਰੀ ਨੂੰ ਟਾਈਮ ਸਿਰ ਫੜ ਲਓ ਤਾਂ ਤੁਸੀਂ ਉਹਨੂੰ ਵਧਣ ਤੋਂ ਰੋਕ ਸਕਦੇ ਹੋ। ਅਤੇ ਫਿਰ ਸਭ ਤੋਂ ਪਹਿਲਾ ਸਵਾਲ ਤਾਂ ਇਹੀ ਆ ਗਿਆ ਕਿ ਕਿਹੜਾ ਕਿਹੜਾ ਚੀਜ਼ਾਂ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿਸੇ ਵੀ ਏਜ ਦੇ ਵਿੱਚ? ਦੇਖੋ ਜੀ, ਸਭ ਤੋਂ ਜ਼ਿਆਦਾ ਜ਼ਰੂਰੀ ਤਾਂ ਹੈਗਾ ਵੀ, ਦੇਖੋ ਆਪਾਂ ਇੱਥੇ ਮਿਹਨਤਾਂ ਕਰਕੇ ਬੜੇ ਕਾਮਯਾਬ ਹੋਏ ਹਾਂ, ਵਾਹਿਗੁਰੂ ਸਭ ਦੇ ਬਖਸ਼ਿਸ਼ ਕਰੇ, ਸਭ ਨੂੰ ਕਾਮਯਾਬ ਕਰੇ, ਪਰ ਤੁਹਾਨੂੰ ਆਪਣੇ ਲਈ ਅਤੇ ਆਪਣੇ ਪਰਿਵਾਰ ਲਈ ਟਾਈਮ ਕੱਢਣਾ ਬਹੁਤ ਜ਼ਰੂਰੀ ਆ ਜੀ। ਘੱਟੋ ਘੱਟ ਹਫ਼ਤੇ ਵਿੱਚ 1 ਦਿਨ ਤੁਸੀਂ ਆਪਣੇ ਲਈ ਜ਼ਰੂਰ ਕੱਢੋ, ਅਤੇ ਰੋਜ਼ 24 ਘੰਟਿਆਂ 'ਚੋਂ 1 ਘੰਟਾ ਆਪਣੇ ਲਈ ਕੱਢੋ ਜੀ। ਉਹਦੇ 'ਚ ਭਾਵੇਂ ਤੁਸੀਂ ਵਰਜਿਸ਼ ਕਰੋ, ਯਾਰਾਂ ਮਿੱਤਰਾਂ ਨਾਲ ਬਹਿ ਕੇ ਗੱਪ ਲਾਓ, ਪਾਠ ਬੰਦਗੀ ਕਰੋ, 1 ਘੰਟਾ ਤੁਹਾਨੂੰ ਆਪਣੇ ਲਈ ਕੱਢੋ ਵੀ ਜਿਹਦੇ ਨਾਲ ਤੁਸੀਂ ਆਪਣੇ ਸਰੀਰ ਨੂੰ ਵਧੀਆ ਬਣਾਉਣਾ। ਫਿਰ ਖਾਣ ਪੀਣ ਦਾ ਪਰਹੇਜ਼, ਕਿਉਂਕਿ ਆਪਣੇ ਤੁਸੀਂ ਕਿਸੇ ਚਲੇ ਜਾਓ, ਭਾਵੇਂ ਲੰਗਰ 'ਚ ਚਲੇ ਜਾਓ, ਭਾਵੇਂ ਕਿਸੇ ਪਾਰਟੀ 'ਤੇ ਚਲੇ ਜਾਓ, ਕਿਸੇ ਫੰਕਸ਼ਨ 'ਤੇ, ਸਾਰੀਆਂ ਚੀਜ਼ਾਂ ਤਲੀਆਂ 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 ਤਲੀਆਂ, ਸਾਨੂੰ ਇਹ ਚੀਜ਼ਾਂ ਤੋਂ ਵੀ ਬਚਣ ਦੀ ਬਹੁਤ ਲੋੜ ਆ। ਸਾਡਾ ਜਿਹੜਾ ਖਾਣਾ ਪੀਣਾ ਨਾ, ਬਹੁਤ ਖਰਾਬ ਹੋ ਗਿਆ ਜੀ। ਅਤੇ ਅਗਰ ਗੱਲ ਕਰੀਏ ਚਾਹੇ ਇੱਧਰਲੇ ਮੁਲਕਾਂ ਦੀ, ਇੱਧਰਲੇ ਮੁਲਕਾਂ ਦੇ ਵਿੱਚ ਅਸੀਂ ਗੱਲ ਕਰਦੇ ਸਟ੍ਰੈਸ ਦੀ ਗੱਲ ਕਰਦੇ ਹਾਂ, ਅਤੇ ਜੇ ਚਾਹੇ ਆਪਣੀ ਪੰਜਾਬ ਦੀ ਗੱਲ ਕਰੀਏ, ਤਾਂ ਇੱਥੇ ਰੇਸ਼ੋ ਕਿਹਦੀ ਜ਼ਿਆਦਾ ਲੱਗਦੀ ਹੈ, ਬਾਹਰਲੇ ਮੁਲਕਾਂ 'ਚ ਕਿ ਪੰਜਾਬ 'ਚ? ਦੇਖੋ ਜੀ, ਇਹ ਤੁਹਾਡੀ ਡਿਪੈਂਡ ਕਰਦਾ ਤੁਸੀਂ ਜ਼ਿੰਦਗੀ ਦੀ ਭੱਜ ਦੌੜ 'ਚ ਕਿੰਨੇ ਫਸੇ ਹੋਏ ਹੋ। ਦੇਖੋ, ਜਿਹੜੀਆਂ ਤਬਦੀਲੀਆਂ ਅਮਰੀਕਾ 'ਚ ਪਹਿਲਾਂ ਆਈਆਂ ਉਹ ਪੰਜਾਬ 'ਚ ਵੀ ਆਉਣ ਲੱਗ ਗਈਆਂ। ਲੋਕ ਅੱਗੇ ਵਾਂਗੂ ਤਾਂ ਜੀਵਨ ਹੈ ਨਹੀਂ, ਪਹਿਲਾਂ ਉੱਥੇ ਲੋਕ ਫਿਜ਼ੀਕਲ ਕੰਮ ਕਰਦੇ ਸੀ, ਹੁਣ ਉੱਥੇ ਵੀ ਲੋਕਾਂ ਦਾ ਜਿਹੜਾ ਜ਼ਿੰਦਗੀ ਦਾ ਮਿਆਰ ਆ ਬਹੁਤ ਬਦਲ ਗਿਆ। ਸੋ ਸਟ੍ਰੈਸ ਤਾਂ ਸਭ ਜਗ੍ਹਾ ਹੈਗਾ, ਇੱਥੇ ਥੋੜ੍ਹਾ ਜ਼ਿਆਦਾ, ਕਿਉਂਕਿ ਤੁਸੀਂ ਇੱਕ ਨਵੇਂ ਵਾਤਾਵਰਣ ਦੇ ਵਿੱਚ ਆ ਕੇ ਐਡਜਸਟ ਹੋ ਰਹੇ ਹਾਂ, ਤੁਹਾਨੂੰ ਕੰਮ ਵੀ ਜ਼ਿਆਦਾ ਕਰਨਾ ਪੈਣਾ ਆ ਕੇ ਜੀ, ਨਵੇਂ ਢਾਂਚੇ ਵਿੱਚ ਫਿੱਟ ਹੋ ਰਹੇ ਹੋ, ਫਿਰ ਤੁਸੀਂ ਉਸ ਢਾਂਚੇ 'ਚ ਬੱਚੇ ਪਾਲਣੇ, ਬੱਚੇ ਸਕੂਲ 'ਚ ਕੁਛ ਹੋਰ ਸਿੱਖਦੇ, ਘਰੇ ਆਪਾਂ ਉਹਨਾਂ ਨੂੰ ਕੁਛ ਹੋਰ ਸਿਖਾਉਂਦੇ ਹਾਂ, ਸੋ ਸਟ੍ਰੈਸ ਨੈਚੁਰਲੀ ਜਦੋਂ ਤੁਸੀਂ ਸਟ੍ਰੈਸ ਪਿਛਲਿਆਂ ਦੀ ਵੀ ਟੈਨਸ਼ਨ, ਤੁਸੀਂ ਇੱਕ ਜਿਹੜੇ ਸੱਭਿਆਚਾਰ ਵਿੱਚ ਹਜ਼ਾਰਾਂ ਸਾਲਾਂ ਤੋਂ ਰਹਿੰਦੇ ਆ ਰਹੇ ਹੋ, ਉਹਨੂੰ ਛੱਡ ਕੇ ਤੁਸੀਂ 1000 ਮੀਲ ਆ ਕੇ ਐਡਜਸਟ ਕਰਦੇ ਹੋ, ਸਟ੍ਰੈਸ ਤਾਂ ਹੈਗਾ, ਪਰ ਇਹ ਸਟ੍ਰੈਸ ਨੂੰ ਘਟਾਉਣ ਦੇ ਬਹੁਤ ਤਰੀਕੇ ਨੇ ਜੀ। ਮਤਲਬ ਹਰ ਮਸਲੇ ਦਾ ਹੱਲ ਹੁੰਦਾ, ਲੜਾਈ ਝਗੜਾ ਜਾਂ ਕਨਫਲਿਕਟ ਜਾਂ ਕਲੇਸ਼ ਨਹੀਂ ਹੱਲ ਹੈਗਾ, ਜਿਹੜਾ ਕਲੇਸ਼ ਆ ਉਹ ਬਿਮਾਰੀ ਦਾ ਘਰ ਆ। ਅੱਛਾ ਜੀ, ਕਲੇਸ਼ ਕਿਸੇ ਤਰ੍ਹਾਂ ਦਾ ਵੀ ਹੋਵੇ, ਘਰ 'ਚ ਹੋਵੇ, ਤੁਹਾਡੀ ਕਮਿਊਨਿਟੀ 'ਚ ਹੋਵੇ, ਕੰਮ 'ਤੇ ਹੋਵੇ, ਉਹ ਸਟ੍ਰੈਸ ਹੀ ਐਡ ਕਰਦਾ ਹੈਗਾ। ਸੋ ਕੰਮ ਕਰੋ, ਬਹੁਤ ਚੰਗੀ ਗੱਲ ਆ ਮਿਹਨਤ ਕਰਨੀ, ਪਰ ਆਪਣੇ ਲਈ 1 ਘੰਟਾ ਰੋਜ਼ ਰੱਖੋ। ਬਿਲਕੁਲ ਜੀ। ਅਤੇ ਦਿਲ ਦੀਆਂ ਬਿਮਾਰੀਆਂ ਦੀ ਜੇ ਗੱਲ ਕਰੀਏ, ਹੋਰ ਕਿਹੜੀਆਂ ਹਾਰਟ ਅਟੈਕ ਨਾਲ ਰਿਲੇਟਡ ਕੋਈ ਬਿਮਾਰੀਆਂ, ਜਾਂ ਇਹ ਤੋਂ ਹਾਰਟ ਅਟੈਕ ਤੋਂ ਬਿਨਾਂ ਕੋਈ ਦਿਲ ਦੀਆਂ ਬਿਮਾਰੀਆਂ? ਕੋਈ ਜਿਹੜਾ ਹਾਰਟ ਅਟੈਕ ਆ, 60% ਬੰਦਿਆਂ ਨੇ ਉਹਨਾਂ ਦੀ ਜਿਹੜੀ ਮੌਤ ਹਾਰਟ ਅਟੈਕ ਨਾਲ ਹੋਣੀ ਹੈ। ਅੱਛਾ ਜੀ, ਇਹਦਾ ਕੀ ਕਾਰਨ? ਸੋ ਉਹੀ ਮੈਂ ਤੁਹਾਨੂੰ ਦੱਸ ਰਿਹਾ ਵੀ ਹਾਰਟ ਅਟੈਕ, ਕਿਉਂਕਿ ਹਾਰਟ ਅਟੈਕ ਦੀਆਂ ਜਿਹੜੀਆਂ ਜਿਹੜਾ ਹੈਗਾ, ਜਦੋਂ ਦਿਲ ਦੀਆਂ ਨਾੜੀਆਂ ਬੰਦ ਹੋ ਜਾਣੀਆਂ ਆਫਟਰ, ਹਰ ਬੰਦੇ ਨੇ ਇਸ ਦੁਨੀਆਂ ਤੋਂ ਜਾਣਾ ਜੀ। ਸੋ ਜਿਹੜਾ ਕਾਮਨੈਸਟ ਕੋਜ਼ ਆਫ ਜਿਹੜਾ ਡੈਥ ਹੈਗਾ, ਉਹ ਕਾਰਡੀਓਵੈਸਕੁਲਰ ਡਿਜ਼ੀਜ਼ ਹੈਗੀਆਂ, ਹਾਰਟ ਅਟੈਕ ਜਾਂ ਸਟ੍ਰੋਕ ਹੋਇਆ, ਉਹ ਜੁੜੀਆਂ ਹੋਈਆਂ ਨੇ, ਉਹਨਾਂ ਦੀ ਸੇਮ ਹੀ ਕੋਜ਼ ਨੇ। ਅਤੇ ਉਸ ਜਿਹੜਾ ਦੂਜਾ ਵੱਡਾ ਕਾਰਨ ਉਹ ਹੈਗਾ ਕੈਂਸਰ, ਉਹ ਅਲੱਗ ਟੋਪਿਕ, ਆਪਾਂ ਕਿਸੇ ਦਿਨ ਫਿਰ
ਜੇ ਤੁਹਾਡਾ ਰਿਸਕ ਜ਼ਿਆਦਾ ਆਪਣੇ ਆਪ ਨੂੰ ਚੈੱਕ ਜਲਦੀ ਕਰਾਉਣਾ ਸ਼ੁਰੂ ਕਰੋ, ਨਹੀਂ ਤਾਂ ਜਦੋਂ ਤੁਹਾਡੀ 40 ਸਾਲ ਦੀ ਉਮਰ ਹੋ ਜਾਂਦੀ ਆ ਤੁਹਾਨੂੰ ਲਾਜ਼ਮੀ ਸਾਲ 'ਚ ਇੱਕ ਵਾਰੀ ਆਪਣਾ ਟਿਊਨ ਅਪ ਕਰਾਉਣਾ ਚਾਹੀਦਾ, ਭਾਵੇਂ ਤੁਹਾਨੂੰ ਕੋਈ ਬਿਮਾਰੀ ਹੈ ਜਾਂ ਨਹੀਂ। ਜੇ ਬਿਮਾਰੀ ਹੈ ਟਿਊਨ ਅਪ, ਡਾਕਟਰ ਸਾਹਿਬ ਟਿਊਨ ਅਪ ਮੀਨਸ ਮਤਲਬ ਜਿਹੜੇ ਜਨਰਲ ਸਾਰੇ ਟੈਸਟ ਹੁੰਦੇ ਜਾਂ ਦੇਖੋ ਤੁਸੀਂ ਇੱਕ ਵਾਰੀ ਆਪਣੇ ਪ੍ਰਾਇਮਰੀ ਡਾਕਟਰ ਕੋਲ ਜਾ ਕੇ ਪੂਰਾ ਚੈੱਕਅਪ ਕਰਾਓ, ਆਪਣਾ ਕੋਲੈਸਟਰੋਲ, ਆਪਣਾ ਬਲੱਡ ਪ੍ਰੈਸ਼ਰ, ਜਿਹੜੇ ਤੁਹਾਡੇ ਰਿਸਕ ਨੇ ਡਿਸਕਸ ਕਰੋ ਜੀ। ਅਤੇ ਉਹਨਾਂ ਨੂੰ ਜੇ ਕਈ ਦੇਖੋ ਬਿਮਾਰੀ ਦੇ ਤਿੰਨ ਕਾਰਨ ਮੁੱਢਲੇ ਦੱਸੇ ਜਾਂਦੇ ਕਿਸੇ ਵੀ ਬਿਮਾਰੀ ਦੇ। ਇੱਕ ਤਾਂ ਹੈਗੇ ਤੁਹਾਡੇ ਜੀਨਸ ਜੀ, ਜਿੱਦਾਂ ਤੁਹਾਡਾ ਉਹਨੂੰ ਤੁਸੀਂ ਬਦਲ ਨਹੀਂ ਸਕਦੇ, 1/3 ਕੋਜ਼ ਤਾਂ ਹੋਗਾ, ਬਾਕੀ 1/3 ਹੈਗਾ ਤੁਹਾਡਾ ਰਹਿਣਾ ਸਹਿਣਾ, ਉਹਨੂੰ ਤੁਸੀਂ ਬਦਲ ਸਕਦੇ ਹੋ। ਤੀਜਾ ਹੈਗਾ ਤੁਹਾਡਾ ਜਿਹੜੇ ਮਾਹੌਲ 'ਚ ਤੁਸੀਂ ਰਹਿੰਦੇ ਹੋ, ਇਨਵਾਇਰਮੈਂਟ, ਉਹਨੂੰ ਵੀ ਤੁਸੀਂ ਬਦਲ ਸਕਦੇ ਹੋ ਕਿਸੇ ਹੱਦ ਤਾਈਂ ਜੀ। ਜੇ ਤੁਹਾਨੂੰ ਲੱਗਦਾ ਵੀ ਇਸ ਕੰਮ 'ਚ ਬਹੁਤ ਜ਼ਿਆਦਾ ਸਟ੍ਰੈਸ ਆ, ਤੁਹਾਡੇ ਲਈ ਨਹੀਂ ਸੂਟ ਕਰਦਾ, ਅਸੀਂ ਹੋਰ ਕੋਈ ਕੰਮ ਲੱਭ ਲਓ, ਸਭ ਕੋਈ ਹੋਰ ਤੁਹਾਨੂੰ ਜੀਣ ਦਾ ਰਾਹ ਲੱਭਦੇਗਾ। ਜੇ ਤੁਹਾਡਾ ਰਹਿਣਾ ਬਹਿਣਾ ਤੁਹਾਡੀ ਚੰਗੀ ਨਹੀਂ, ਟਾਈਮ ਸਿਰ ਤੁਸੀਂ ਉੱਠਦੇ ਨਹੀਂ, ਵਰਜਿਸ਼ ਨਹੀਂ ਕਰਦੇ, ਖਾਣਾ ਪੀਣਾ ਤੁਹਾਡਾ ਠੀਕ ਨਹੀਂ, ਉਹਨੂੰ ਬਦਲੋ। ਸੋ ਇਹ ਬੇਸਿਕ ਜਿਹੀਆਂ ਗੱਲਾਂ ਹਰ ਬਿਮਾਰੀ 'ਤੇ ਅਪਲਾਈ ਕਰਦੀਆਂ ਜੀ। ਅੱਛਾ, ਇਹ ਵੀ ਐਸਾ ਵੀ ਕੁਛ ਹੈ ਜੀ ਕਿ ਮਤਲਬ ਲੇਡੀਜ਼ ਦੇ ਮੁਕਾਬਲੇ ਬੰਦਿਆਂ ਨੂੰ ਜ਼ਿਆਦਾ ਹਾਰਟ ਅਟੈਕ ਹੁੰਦੇ ਗੇ? ਇਹ ਜਿਹੜੇ ਮੋਸਟਲੀ ਕੇਸ ਜਿਹੜੇ ਦੇਖਣ 'ਚ ਆਉਂਦੇ ਆ, ਉਹ ਬੰਦਿਆਂ ਨੂੰ ਹਾਰਟ ਅਟੈਕ 10 ਸਾਲ ਪਹਿਲਾਂ ਸ਼ੁਰੂ ਹੋਣਾ ਸ਼ੁਰੂ ਹੋ ਜਾਂਦਾ ਜਨਾਨੀਆਂ ਨਾਲੋਂ, ਜਨਾਨੀਆਂ ਨੂੰ ਵੀ ਹਾਰਟ ਅਟੈਕ ਹੁੰਦਾ। ਅੱਛਾ ਜੀ। ਅਤੇ ਉਹਨਾਂ ਐਕਚੁਲੀ ਕਈ ਵਾਰੀ ਜਨਾਨੀਆਂ ਨੂੰ ਹਾਰਟ ਅਟੈਕ ਹੁੰਦਾ, ਉਹ ਪਹਿਚਾਣਿਆ ਵੀ ਨਹੀਂ ਜਾਂਦਾ, ਕਿਉਂਕਿ ਕਈ ਵਾਰੀ ਡਾਕਟਰ ਵੀ ਇੰਨਾ ਧਿਆਨ ਨਹੀਂ ਦਿੰਦੇ ਜੀ। ਹਾਰਟ ਅਟੈਕ ਜਦੋਂ ਲੇਡੀਜ਼ ਨੂੰ ਹੁੰਦਾ ਬਹੁਤ ਮਾੜਾ ਹੁੰਦਾ। ਅੱਛਾ ਜੀ। ਪਰ ਇਹ ਗੱਲ ਤੁਹਾਡੀ ਸਹੀ ਹੈ ਵੀ ਬੰਦਿਆਂ ਨੂੰ 10 ਸਾਲ ਪਹਿਲਾਂ, ਕਿਉਂਕਿ ਬੰਦਿਆਂ ਦੇ ਔਰਤ ਦੇ ਹਾਰਮੋਨ ਡਿਫਰੈਂਟ ਨੇ, ਲੇਡੀਜ਼ ਦੇ ਕਈ ਹਾਰਮੋਨਸ ਨੇ ਜਦੋਂ ਮੈਂਸਿਸ ਤੋਂ ਪਹਿਲਾਂ ਉਹਨਾਂ ਦੇ ਜਿਹੜੇ ਬਾਡੀ ਹਾਰਮੋਨ ਉਹਨਾਂ ਨੂੰ ਪ੍ਰੋਟੈਕਟ ਕਰਦੇ ਨੇ ਜੀ। ਪਰ 55 ਸਾਲ ਜਾਂ 65 ਸਾਲ ਤੋਂ ਬਾਅਦ ਰਿਸਕ ਆਲਮੋਸਟ ਬਰਾਬਰੀ ਹੋ ਜਾਂਦਾ ਜੀ। ਅਤੇ ਇਹਦੇ 'ਚ ਜਿਵੇਂ ਤੁਸੀਂ ਖਾਣ ਪੀਣ ਦੀ ਗੱਲ ਕੀਤੀ ਹੈ, ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ, ਤਲੀਆਂ ਚੀਜ਼ਾਂ ਘੱਟ ਖਾਣੀਆਂ ਚਾਹੀਦੀਆਂ, ਇਸ ਤੋਂ ਇਲਾਵਾ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਸਾਡੇ ਦਰਸ਼ਕਾਂ ਨੂੰ ਕਿ ਜਿਨ੍ਹਾਂ ਨਾਲ ਬਚਾਅ ਰਹੇ ਥੋੜ੍ਹਾ ਬਹੁਤ? ਦੇਖੋ ਜੀ, ਤੁਸੀਂ ਸਾਦਾ ਖਾਓ, ਸਾਦੇ ਤੋਂ ਮੇਰਾ ਭਾਵ ਵੀ ਤਲੀਆਂ ਹੋਈਆਂ ਚੀਜ਼ਾਂ ਜਿਹੜੀਆਂ ਹਾਈ ਫੈਟ ਵਾਲੀਆਂ। ਅੱਜ ਕੱਲ੍ਹ ਆ ਰਿਵਾਜ਼ ਹੀ ਚੱਲਿਆ ਵੀ ਕਿਸੇ ਦੇ ਘਰ ਕੋਈ ਖੁਸ਼ੀ ਹੁੰਦੀ ਆ, ਉਹ ਸਾਡੇ ਇੱਕ ਪੁਰਾਣਾ ਰਿਵਾਜ਼ ਆ ਲੱਡੂ ਦੇਣ ਦਾ, ਉਹਨੂੰ ਬਦਲ ਕੇ ਤੁਸੀਂ ਡਰਾਈ ਖਰੂ ਆਪਣਾ ਅਖਰੋਟ, ਬਦਾਮ, ਕਾਜੂ, ਕੋਈ ਇਹੋ ਜਿਹੀ ਚੀਜ਼ ਦੇ ਦਿਓ। ਅਤੇ ਜਿਹੜਾ ਚਿੱਟੀਆਂ ਵੀ ਹੈਗੀਆਂ, ਜਿਹਨੇ ਚਿੱਟਾ ਮੈਦੇ ਵਾਲੀ ਚੀਜ਼ ਬਣੀ ਹੋਈ ਆ, ਉਹ 'ਚ ਬਹੁਤ ਹਾਈ ਕਾਰਬੋਹਾਈਡਰੇਟ ਕੰਟੈਂਟ ਆ, ਚੌਲ ਆ, ਆਲੂ ਆ, ਇਹਨੂੰ ਘਟਾ ਕੇ ਇਹਦੇ ਨਾਲੋਂ ਤੁਸੀਂ ਬੇਸਣ ਵਾਲੀਆਂ ਚੀਜ਼ਾਂ ਜਾਂ ਹੋਰ ਬਾਜਰੇ ਵਾਲੀਆਂ ਚੀਜ਼ਾਂ, ਇਹ ਜ਼ਿਆਦਾ ਚੰਗੀਆਂ, ਰੋਟੀ ਚੰਗੀ ਆ, ਥੋੜ੍ਹੀ ਭੁੱਖ ਰੱਖ ਕੇ ਖਾਓ, ਸਬਜ਼ੀ ਦਾਲਾਂ ਖਾਓ। ਅਤੇ ਉਹਨਾਂ ਵਿੱਚ ਇਹ ਨਹੀਂ ਵੀ ਤੁਸੀਂ ਪਾ ਪਾ ਕੇ ਘੀ, ਥੋੜ੍ਹੇ ਬਹੁਤੇ ਘੀ ਦਾ ਕੋਈ ਹਰਜ ਨਹੀਂ, ਪਾ ਪਾ ਕੇ ਘੀ ਤੁਸੀਂ ਉਹਨੂੰ ਬਾਰ ਬਾਰ ਰੀਫਰਾਈ ਕਰੀ ਜਾਂਦੇ ਹੋ ਜੀ। ਜਿਹੜੀਆਂ ਫਰਾਈਡ ਚੀਜ਼ਾਂ ਨਾ, ਜਿਹਨਾਂ ਨੂੰ ਤੁਸੀਂ ਰੀਫਰਾਈ ਕਰਦੇ ਹਾਂ, ਪਕੌੜੇ ਹੋਏ, ਸਮੋਸੇ ਹੋਏ, ਜਿਹੜੇ ਬਾਰ ਬਾਰ, ਇਹ ਜਿਹੜੀਆਂ ਚੀਜ਼ਾਂ ਨੇ ਇਹ ਬਿਲਕੁਲ ਇਹਨਾਂ ਦਾ ਡਬਲ ਨੁਕਸਾਨ ਆ। ਜਿਵੇਂ ਅੱਜ ਕੱਲ੍ਹ ਕਹਿਣ ਦੇ ਬਜ਼ੁਰਗ ਵੀ ਸਾਡੇ ਵੇਲੇ ਤਾਂ ਛੰਨਾ ਛੰਨਾ ਘਿਓ ਦਾ ਪੀ ਜਾਂਦੇ ਸੀ, ਬਾਲਟੀ ਬਾਲਟੀ ਦੁੱਧ ਹੀ ਪੀ ਜਾਂਦੇ ਸੀਗੇ, ਅਤੇ ਉਹ ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਖਤਰਨਾਕ ਹੈਗੀ। ਅੱਜ ਕੱਲ੍ਹ ਤਾਂ ਹਰ ਜਿਹੜੀ ਖੁਰਾਕ ਬਿਮਾਰੀ ਹੈ, ਜਿਹੜੇ ਪੁਰਾਣੇ ਬਜ਼ੁਰਗ ਸੀ ਨਾ, ਉਹ ਜਿਹੜੀਆਂ ਚੀਜ਼ਾਂ ਖਾਂਦੇ ਸੀ ਉਹ ਔਰਗੈਨਿਕ ਸੀਗੀਆਂ, ਉਹਨਾਂ 'ਚ ਸਪਰੇਆਂ ਅਤੇ ਕੈਮੀਕਲ ਨਹੀਂ ਸੀ ਪਏ ਹੋਏ ਜੀ। ਜਿਹੜਾ ਉਹ ਆਟਾ ਵੀ ਸੀ ਪੁਰਾਣੇ ਜ਼ਮਾਨੇ 'ਚ, ਉਹ ਜਿਹੜੀ ਨੈਚੁਰਲ ਜਿਹੜੀ ਪੰਜਾਬ ਦੇ 'ਚ ਕਣਕ ਉੱਥੇ ਦੀ ਸੀਗੀ, 1000 ਸਾਲਾਂ ਤੋਂ ਚੱਲੀ ਜਾਂਦੀ, ਉਸ ਦਾ ਆਟਾ ਹੁੰਦਾ ਸੀ, ਉਹਦੇ ਵਿੱਚ ਪ੍ਰੋਟੀਨ ਅਤੇ ਹੋਰ ਚੀਜ਼ਾਂ ਕੰਟੈਂਟ ਅਤੇ ਕਾਰਬੋਹਾਈਡਰੇਟ, ਮੈਦੇ ਦਾ ਕੰਟੈਂਟ ਬਹੁਤ ਘੱਟ ਸੀ ਜੀ। ਅਸੀਂ ਹੁਣ ਬਾਹਰੋਂ ਲਿਆ ਕੇ ਬਰੀਡਾਂ ਲਾ ਲਈਆਂ, ਅਤੇ ਜੇ ਜਿਹੜਾ ਥੋੜ੍ਹਾ ਬਹੁਤਾ ਦੇਸੀ ਘੀ ਖਾਣਾ ਮਾੜਾ ਨਹੀਂ ਆ, ਪਰ ਜੇ ਤੁਸੀਂ ਬਹੁਤ ਜ਼ਿਆਦਾ ਖਾਂਦੇ ਹੋ ਉਹਦੇ ਨਾਲ, ਫਿਰ ਤੁਸੀਂ ਕਾਰਬੋਹਾਈਡਰੇਟ ਬਹੁਤ ਜ਼ਿਆਦਾ ਖਾਂਦੇ ਹੋ, ਫਿਰ ਉਹ ਚੀਜ਼ਾਂ ਸਾਰੀਆਂ ਤੁਹਾਡਾ ਜਿਹੜਾ ਰਿਸਕ ਵਧਾਉਂਦੀਆਂ। ਨਹੀਂ, ਨਾਲੇ ਇੱਕ ਗੱਲ ਹੋਰ ਡਾਕਟਰ ਸਾਹਿਬ, ਪਹਿਲਾਂ ਅਗਰ ਖੁਰਾਕਾਂ ਖਾਂਦੇ ਸੀ ਤਾਂ ਉਹ ਖੁਰਾਕਾਂ ਪਚਦੀਆਂ ਵੀ ਸੀਗੀਆਂ, ਕਾਰਨ ਇਹ ਸੀ ਕੰਮ ਬਹੁਤ ਸਖਤ ਸੀਗੇ, ਬਾਹਰ ਜੰਗਲ ਪਾਣੀ ਸਿਰੇ ਜਾਣਾ ਅਤੇ ਉਹ ਵੀ 2-3 ਮੀਲ ਦੀ ਸੈਰ, 4 ਮੀਲ ਦੀ ਸੈਰ ਮਾਮੂਲੀ ਗੱਲ ਹੋ ਜਾਂਦੀ ਸੀ ਉਹਨੂੰ, ਅਤੇ ਅੱਜ ਕੱਲ੍ਹ ਤਾਂ ਹੁਣ ਜੇ ਪਿੰਡਾਂ ਦੇ ਵਿੱਚ ਵੀ ਕਿਸੇ ਨੇ ਬਾਹਰ ਮੋਟਰ 'ਤੇ ਨਹਾਉਣ ਵੀ ਜਾਣਾ ਤਾਂ ਉਹਨੇ ਮੋਟਰਸਾਈਕਲ ਨੂੰ ਕਿੱਕ ਮਾਰ ਨਹੀਂ ਦੱਸਿਆ। ਇੱਕ ਸੋਹਣੀ ਸੀ ਮਿਸਾਲ ਦਿੰਦਾ ਜੀ, ਵੈਸੇ ਪੁਰਾਣੇ ਜ਼ਮਾਨੇ 'ਚ ਲੋਕ ਜ਼ਿਆਦਾ ਪਿਕਚਰਾਂ ਤਾਂ ਨਹੀਂ ਸੀ ਖਿੱਚਦੇ ਹੁੰਦੇ, ਪਰ ਤੁਸੀਂ ਪੁਰਾਣੀਆਂ ਫੋਟੋਆਂ ਕੱਢ ਕੇ ਦੇਖ ਲਓ 50s ਅਤੇ 60s ਦੀਆਂ, ਅਤੇ ਹੁਣ ਵਾਲਿਆਂ ਕੱਢ ਕੇ ਦੇਖ ਲਓ, ਉਹਨਾਂ ਦੀਆਂ ਤੁਸੀਂ ਵੇਸਟ ਸਾਈਜ਼ ਦੇਖ ਲਓ ਵੀ ਕਿੰਨਾ ਫਰਕ ਆ ਜੀ। ਬਿਲਕੁਲ, ਉਹ ਖਾਂਦੇ ਸੀ ਪਰ ਉਹ ਹੋਰ ਚੀਜ਼ਾਂ ਨਹੀਂ ਸੀ ਖਾਂਦੇ। ਉਹ ਮਤਲਬ ਲਟਰਮ ਪਟਰਮ ਜਿਹੜਾ ਕੀ ਤਾਂ ਸਾਨੂੰ ਯਾਦ ਆ, ਬਾਕੀ ਅਸੀਂ ਭੁੱਲ ਗਏ, ਉਹ ਬਾਕੀ ਲਟਰਮ ਫਟਰਮ ਨਹੀਂ ਸੀ ਖਾਂਦੇ, ਤੇ ਜੀਵਨ ਬੜਾ ਸਾਦਾ ਸੀ ਉਹਨਾਂ ਦਾ ਜੀ ਜੀ। ਸੌਂਦੇ ਵੀ, ਇਹ ਸੋਣਾ ਵੀ ਬਹੁਤ ਜ਼ਰੂਰੀ ਆ, ਇਹ ਗੱਲ ਮੈਂ ਕਹਿਣੀ ਪਹਿਲਾਂ ਭੁੱਲ ਗਿਆ, ਰੋਜ਼ ਤੁਹਾਨੂੰ 6 ਤੋਂ 8 ਘੰਟੇ ਸੋਣਾ ਬਹੁਤ ਜ਼ਰੂਰੀ ਆ। ਜੇ ਤੁਹਾਨੂੰ ਜ਼ਿਆਦਾ, ਕਈਆਂ ਨੂੰ ਨੀਂਦ 9 ਘੰਟੇ ਚਾਹੀਦੀ, ਕਿਸੇ ਨੂੰ 6 ਚਾਹੀਦੀ ਆ, ਚੰਗੀ ਨੀਂਦ, ਬਿਲਕੁਲ ਚੰਗਾ ਸੋਣਾ ਬਹੁਤ ਜ਼ਰੂਰੀ ਆ। ਉਹਦੇ ਉਹ ਵੀ ਇੱਕ ਬਹੁਤ ਵੱਡਾ ਰਿਸਕ ਫੈਕਟਰ ਹੈ, ਜੇ ਤੁਸੀਂ ਸੌਂਦੇ ਨਹੀਂ ਪ੍ਰੋਪਰਲੀ, ਉਹ ਵੀ ਇੱਕ ਰਿਸਕ ਫੈਕਟਰ ਹੈ। ਪੁਰਾਣੇ ਬਜ਼ੁਰਗ ਸੀ ਕਿ ਹਨੇਰਾ ਹੋਇਆ ਸੌ ਜਾਂਦੇ ਸੀਗੇ, ਉਦੋਂ ਕਿਹੜੇ ਬਿਜਲੀਆਂ ਹੁੰਦੀਆਂ ਸੀ, ਸਵਖਤੇ ਸੌ, ਸਵਖਤੇ ਜਾਗ, ਸਾਜਰੇ ਉੱਠਦੇ ਸੀ, ਉਹ ਲਗਨ ਭਾਗ। ਇਹ ਵੀ ਫਰਕ ਪੈਂਦਾ ਕੋਈ ਸਵਖਤੇ ਸੌਣ ਨਾਲ ਔਰ ਸਵਖਤੇ ਜਾਗਣ ਨਾਲ? ਦੇਖੋ ਜੀ, ਇਹ ਤਾਂ ਤੁਹਾਡੇ ਕੰਮ 'ਤੇ ਡਿਪੈਂਡ ਕਰਦਾ, ਇੱਥੇ ਦੇ ਹਿਸਾਬ ਨਾਲ ਨਹੀਂ।
ਜਿਹੜੀ ਪਾਠਬੰਦਗੀ ਆ ਉਹਦਾ ਮਤਲਬ ਇਹ ਨਹੀਂ ਮੈਂ ਕਹਿੰਦਾ ਵੀ ਤੁਸੀਂ ਇੱਕ ਧਰਮ ਦੀ ਜਾਂ ਦੂਜੇ ਧਰਮ ਜਿਹੜੇ 'ਚ ਵੀ ਤੁਹਾਨੂੰ ਵਿਸ਼ਵਾਸ ਆ ਉਹ ਤੁਹਾਡੇ ਮਨ ਨੂੰ ਇੱਕ ਡੀਫਰੈਗਮੈਂਟ ਕਰਦੀ ਆ, ਤੁਹਾਡੇ ਮਨ ਦੇ ਵਿੱਚੋਂ ਚਿੰਤਾ ਕੱਢਦੀ ਆ। ਸੋ ਆਪਾਂ ਇਹੀ ਕਹਿੰਦੇ ਵੀ ਸਵੇਰੇ ਵੀ ਰੱਬ ਦਾ ਨਾਂ ਲਓ, ਸੁਣ ਲੱਗੇ ਵੀ ਉਹਦਾ ਮਤਲਬ ਇਹ ਆ ਵੀ ਤੁਸੀਂ ਮਨ ਇੱਕ ਤੁਸੀਂ ਆਪਣਾ ਸਟ੍ਰੈਸ ਨੂੰ ਬਿਲਕੁਲ ਕੱਢਦੇ ਹੋ, ਸਟ੍ਰੈਸ ਜਿੱਦਾਂ ਵੀ ਤੁਹਾਡਾ ਨਿਕਲਦਾ ਉਹਨੂੰ ਕੱਢੋ। ਬਿਲਕੁਲ ਜੀ ਬਿਲਕੁਲ, ਡਾਕਟਰ ਸਾਹਿਬ ਨਾਲ ਗੱਲਾਂ ਚੱਲ ਰਹੀਆਂ ਨੇ, ਤੁਸੀਂ ਵੀ ਕੋਈ ਸਵਾਲ ਕਰਨਾ ਚਾਹੁੰਦੇ ਹੋ ਤਾਂ ਨੰਬਰ ਜਿਹੜਾ ਸਕਰੀਨ 'ਤੇ ਆ ਰਿਹਾ ਹੈਗਾ 1844-324-1300 ਉੱਤੇ ਫੋਨ ਕਰਕੇ ਗੱਲਬਾਤ ਕਰ ਸਕਦੇ ਹੋ। ਗੱਲਾਂ ਸਾਡੀ ਸਿਹਤ ਦੇ ਨਾਲ ਸੰਬੰਧਿਤ ਚੱਲਦੀਆਂ ਨੇ, ਬਹੁਤ ਵਧੀਆ ਗੱਲਾਂ, ਬਹੁਤ ਵਧੀਆ ਸਲਾਹ ਜਿਹੜੀ ਹੈ ਸਾਨੂੰ ਡਾਕਟਰ ਸਾਹਿਬ ਵੱਲੋਂ ਮਿਲ ਰਹੀ ਹੈ। ਕਈ ਲੋਕਾਂ ਨੂੰ ਪਤਾ ਨਹੀਂ ਲੱਗਦਾ ਹੈਗਾ, ਖਾਸ ਤੌਰ 'ਤੇ ਜੇਕਰ ਪੰਜਾਬ ਦੀ ਵੀ ਗੱਲ ਕਰੀਏ ਤਾਂ ਉੱਥੇ ਚੈੱਕ ਨਹੀਂ ਕਰਾਉਂਦੇ 6-6 ਦੀ ਜਦੋਂ ਤੱਕ ਐਨ ਐਂਡ 'ਤੇ ਨਾ ਗੱਲ ਆਵੇ। ਅਗਰ ਅਸੀਂ ਹਾਰਟ ਅਟੈਕ ਦੀ ਗੱਲ ਕਰੀਏ ਤਾਂ ਇਹਦੇ ਕੀ ਲੱਛਣ, ਕੀ ਨਿਸ਼ਾਨੀਆਂ ਨੇ ਵੀ ਉਦੋਂ ਸਾਨੂੰ ਫਟਾਫਟ ਡਾਕਟਰ ਕੋਲ ਜਾਣਾ ਚਾਹੀਦਾ? ਇਹ ਬਹੁਤ ਸੋਹਣਾ ਸਵਾਲ ਪੁੱਛਿਆ ਅਸੀਂ ਜਗਤਾਰ ਸਿੰਘ ਜੀ। ਜੇ ਕਿਸੇ ਨੂੰ ਛਾਤੀ ਵਿੱਚ ਦਰਦ ਹੁੰਦਾ, ਦੇਖੋ ਦਰਦ ਕਈ ਤਰ੍ਹਾਂ ਦਾ ਹੁੰਦਾ, ਪਰ ਜੇ ਤੁਹਾਡੀ ਛਾਤੀ ਦਰਦ ਹੁੰਦਾ, ਥੋੜ੍ਹਾ ਸਾਹ ਘੁੱਟਦਾ, ਅਤੇ ਜੇ ਦਰਦ ਤੁਹਾਡੀ ਬਾਂਹ ਨੂੰ ਜਾਂਦਾ, ਭਾਵੇਂ ਸੱਜੀ ਨੂੰ ਜਾਂਦਾ ਜਾਂ ਗੱਬੀ ਨੂੰ, ਅਕਸਰ ਸੱਜੀ ਨੂੰ ਜਾਂਦਾ, ਬਾਂਹ ਤੁਹਾਡੀ ਸੌਂ ਰਹੀ ਆ, ਤੁਹਾਡੇ ਜੁਆੜੇ ਨੂੰ ਜਾਂਦਾ ਜਾਂ ਗਰਦਨ ਨੂੰ ਜਾਂਦਾ, ਅਤੇ ਜੇ ਤੁਸੀਂ ਬੈਠੇ ਹੋ ਤਾਂ ਠੀਕ ਆ, ਮਾੜਾ ਜਿਹਾ ਤੁਰਦੇ ਹੋ, ਸਾਹ ਚੜ੍ਹਦਾ ਜੀ। ਕਈਆਂ ਨੂੰ ਦਰਦ ਨਹੀਂ ਹੁੰਦਾ, ਇਕੱਲਾ ਸਾਹ ਹੀ ਚੜ੍ਹਦਾ, ਕਈਆਂ ਨੂੰ ਐਂ ਹੁੰਦਾ ਜਿਵੇਂ ਬਦ ਹਜ਼ਮੀ ਹੋ ਗਈ ਬਹੁਤ ਜ਼ਿਆਦਾ। ਜੇ ਤਾਂ ਹੋਇਆ ਨਾ ਵੀ ਤੁਸੀਂ ਕਿਤੇ ਬਦ ਹਜ਼ਮੀ ਹੋਈ, ਤੁਸੀਂ ਟਮਸ ਖਾ ਲਈ ਜਾਂ ਟੈਗਾਮੈਟ ਪੈਪਸਿਡ ਖਾ ਲਈ, ਹਟ ਗਿਆ, ਉਹ ਬਦ ਹਜ਼ਮੀ ਹੋ ਜਾਂਦੀ ਹੈ, ਜਿਵੇਂ ਘੁੱਟਣ ਜਿਹੀ ਹੋ ਜਾਂਦੀ ਆ, ਇਹ ਸਾਰੇ ਹਾਰਟ ਅਟੈਕ ਦੇ ਸਾਈਨ ਹੋ ਸਕਦੇ ਨੇ। ਅਤੇ ਇੱਦਾਂ ਦੀ ਸਿਚੁਏਸ਼ਨ ਵਿੱਚ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ, ਜੇ ਤਾਂ ਤੁਹਾਨੂੰ ਵਾਕਈ ਬਹੁਤ ਪੇਨ ਹੋ ਰਹੀ, ਸਾਹ ਚੜ੍ਹ ਰਿਹਾ, ਫਿਰ ਆਪ ਨਾ ਵੀ ਕਾਰ ਚਲਾ ਕੇ ਆਪ ਹਸਪਤਾਲ ਜਾਣਾ, ਇੱਦਾਂ ਦੀ ਸਿਚੁਏਸ਼ਨ ਤੁਸੀਂ 911 ਕਾਲ ਕਰੋ। ਪਰ ਜੇ ਤੁਹਾਨੂੰ ਮਾੜਾ ਮੋਟਾ ਦਰਦ ਹੁੰਦਾ ਤੁਰੇ ਫਿਰੇ ਤੋਂ, ਫਿਰ ਹਟ ਜਾਂਦਾ ਜੀ, ਫਿਰ ਤੁਸੀਂ ਜਾ ਕੇ ਚੈੱਕ ਕਰਾ ਸਕਦੇ ਹੋ। ਪਰ ਜੇ ਤੁਹਾਨੂੰ ਪੇਨ ਹੋ ਹੀ ਜਾਂਦਾ, ਫਿਰ ਉਹਨੂੰ ਬਹੁਤ ਸੀਰੀਅਸਲੀ ਲਓ। ਜੇ ਤੁਹਾਨੂੰ ਕਦੇ ਹੁੰਦਾ ਕਦੇ ਹਟ ਜਾਂਦਾ, ਫਿਰ ਤੁਸੀਂ ਚੈੱਕ ਕਰਾ ਸਕਦੇ ਹੋ। ਅਕਸਰ ਮੈਂ ਦੇਖਿਆ ਵੀ ਕਈਆਂ ਨੂੰ ਇਹ ਹੁੰਦਾ ਵੀ ਉਹ ਠੀਕ ਠਾਕ ਨੇ, ਪਰ ਜੋ ਪੌੜੀਆਂ ਚੜ੍ਹੀਆਂ ਇੱਕ ਸਾਹ ਚੜ੍ਹ ਗਿਆ, ਉਹ ਪਹਿਲਾਂ ਚੜ੍ਹਦਾ ਨਹੀਂ ਸੀ, ਤੁਸੀਂ ਊਂ ਠੀਕ ਠਾਕ ਹੋ, ਅਤੇ ਅੱਗੇ ਤੁਸੀਂ ਕਿਸੇ ਪਾਰਟੀ 'ਤੇ ਜਾਂਦੇ ਸੀ, ਭੰਗੜਾ ਪਾਉਂਦੇ ਸੀ, ਕੋਈ ਪ੍ਰੋਬਲਮ ਨਹੀਂ ਸੀ ਹੁੰਦੀ, ਹੁਣ ਅੱਧੇ ਕੁ ਗਾਣੇ ਬਾਅਦ ਹੀ ਸਾਹ ਚੜ੍ਹ ਗਿਆ ਜੀ। ਮਤਲਬ ਤੁਹਾਡੀ ਹਰ ਬੰਦੇ ਦੀ ਆਪਣੀ ਆਪਣੀ ਐਕਸਰਸਾਈਜ਼ ਪੋਟੈਂਸ਼ੀਅਲ ਹੁੰਦੀ, ਵੀ ਸਾਹ ਚੜ੍ਹ ਗਿਆ, ਸਾਹ ਆਉਂਦਾ ਨਹੀਂ, ਔਖਾ ਔਖਾ ਹੋਣ ਲੱਗ ਗਿਆ, ਤਾਂ ਮਤਲਬ ਵੀ ਕੋਈ ਪ੍ਰੋਬਲਮ ਹੈ। ਤੁਸੀਂ ਹਫ਼ਤਾ ਪਹਿਲਾਂ ਪੌੜੀਆਂ ਚੜ੍ਹ ਕੇ ਆਪਣੇ ਬੈਡਰੂਮ ਚਲੇ ਗਏ, ਹੁਣ ਤੁਸੀਂ 5 ਪੌੜੀ ਚੜ੍ਹੀ, ਤੁਹਾਨੂੰ ਸਾਹ ਚੜ੍ਹਨ ਲੱਗ ਗਿਆ, ਇਹ ਵਾਰਨਿੰਗ ਆ। ਓਹ ਬਹੁਤ ਵਧੀਆ ਡਾਕਟਰ ਸਾਹਿਬ, ਬਹੁਤ ਵਧੀਆ ਤੁਸੀਂ ਗੱਲ ਦੱਸੀ ਹੈ। ਅਕਸਰ ਇਹ ਚੀਜ਼ ਦੇਖੀ, ਖਾਸ ਤੌਰ 'ਤੇ ਆਪਣੇ ਪੰਜਾਬੀਆਂ 'ਚ, ਬਾਕੀਆਂ ਦਾ ਤਾਂ ਹੁਣ ਮੈਨੂੰ ਪਤਾ ਨਹੀਂ, ਵੀ ਕੰਮ ਤੋਂ ਵਿਹਲ ਨਹੀਂ ਮਿਲੀ ਜੀ, ਦਰਦ ਤਾਂ ਕਈ ਦਿਨ ਹੋ ਗਏ ਰਹਿੰਦੇ ਨੂੰ, ਕੰਮ ਤੋਂ ਵਿਹਲ ਨਹੀਂ ਮਿਲੀ, ਜਾਂ ਕੋਈ ਕੰਮ ਤੋਂ ਜਿਵੇਂ ਡਰਾਈਵਰਾਂ ਦੀ ਗੱਲ ਕਰਦੇ ਸੀ ਵੀ ਡਰਾਈਵਰ ਲੰਬੇ ਰੂਟ 'ਤੇ ਗਏ ਨੇ, ਚੱਲ ਕੋਈ ਨਹੀਂ ਯਾਰ ਇੱਕ ਜਿਹੜਾ ਹੋਰ ਲਾ ਆਈਏ, ਫੇਰ ਟੈਸਟ ਕਰਾ ਲਵਾਂਗੇ। ਅਤੇ ਇਹ ਮਤਲਬ ਇਹ ਤੁਹਾਡੇ ਕਹਿਣ ਦਾ ਜਿਸ ਹਿਸਾਬ ਨਾਲ ਤੁਸੀਂ ਦੱਸਿਆ, ਜੇ ਇਹਨਾਂ 'ਚੋਂ ਲੱਗਦਾ ਤਾਂ ਸਾਰੇ ਕੰਮ ਕਰ ਛੱਡ ਕੇ ਇੱਕ ਵਾਰ ਡਾਕਟਰ ਦੇ। ਬਿਲਕੁਲ ਜੀ, ਜੇ ਤੁਹਾਨੂੰ ਦਰਦ, ਜੇ ਤਾਂ ਹੋਇਆ ਨਾ ਵੀ 15-20 ਸਕਿੰਟ ਹੋਇਆ, ਅੱਧਾ ਮਿੰਟ ਹੋਇਆ, ਹਟ ਗਿਆ, ਫਿਰ ਤਾਂ ਤੁਸੀਂ ਉਹਨੂੰ ਜਾ ਕੇ ਚੈੱਕ ਕਰਾ ਸਕਦੇ ਹਾਂ। ਪਰ ਜੇ ਤੁਹਾਨੂੰ ਹੋ ਹੀ ਜਾਂਦਾ 10 ਮਿੰਟ ਦਰਦ ਹੋ ਹੀ ਗਿਆ, ਇਹਦਾ ਇਹ ਸੀਰੀਅਸ ਨਿਸ਼ਾਨੀ ਹੈ ਵੀ ਤੁਹਾਡੀ ਆਰਟਰੀ ਪਾਰਸ਼ਲੀ ਬਲੋਕਡ ਆ। ਕਈ ਵਾਰੀ ਇੱਦਾਂ ਹੁੰਦਾ ਵੀ ਪੂਰੀ ਬੰਦ ਨਹੀਂ ਹੁੰਦੀ, 90% 95% ਬੰਦ ਹੁੰਦੀ ਆ, ਅਤੇ ਉਹ ਜਦੋਂ ਤੁਸੀਂ ਕੁਛ ਕਰਦੇ ਹੋ ਚੜ੍ਹਨ ਲੱਗ ਜਾਂਦਾ। ਜੇ ਹੋ ਹੀ ਜਾਂਦਾ ਦਰਦ, ਫਿਰ ਤਾਂ ਸੋਚਣ ਦੀ ਲੋੜ ਹੈ ਨਹੀਂ, ਫਿਰ ਤਾਂ 911 ਕਾਲ ਕਰੋ ਅਤੇ ਐਮਰਜੈਂਸੀ। ਇਹ ਦਰਦ ਖਾਸ ਤੌਰ 'ਤੇ ਦਿਲ 'ਤੇ ਹੁੰਦਾ ਜੀ, ਦਿਲ ਦੇ ਆਲੇ ਦੁਆਲੇ ਜਾਂ ਕਿੱਥੇ? ਤੁਹਾਡੀ ਮੈਂ ਤੁਹਾਨੂੰ ਦੱਸਿਆ ਵੀ ਛਾਤੀ 'ਚ ਵੀ ਹੋ ਸਕਦਾ, ਤੁਹਾਡੀ ਸਾਈਡ 'ਤੇ ਵੀ ਹੋ ਸਕਦਾ, ਤੁਹਾਡੀ ਕਈ ਵਾਰੀ ਕਈਆਂ ਦੇ ਇਕੱਲੇ ਜੁਆੜੇ 'ਚ ਦਰਦ ਹੋਣ ਲੱਗ ਜਾਂਦਾ। ਅੱਛਾ, ਕਈ ਕਹਿੰਦਾ ਵੀ ਮੇਰੀ ਬਾਂਹ ਹੀ, ਬਾਂਹ 'ਚ ਦਰਦ ਹੋਈ ਜਾਂਦਾ, ਬਾਂਹ ਸੌਂਗੀ ਦਰਦ, ਬਾਂਹ 'ਚ ਦਰਦ ਹੋਈ ਜਾਂਦਾ ਹੈਗਾ। ਅੱਛਾ ਜੀ, ਹਾਂਜੀ, ਕਈ ਵਾਰੀ ਬਦ ਹਜ਼ਮੀ ਵਾਲਾ ਦਰਦ ਹੋ ਜਾਂਦਾ, ਕਈ ਤਰ੍ਹਾਂ ਕਈ ਇਕੱਲਾ ਸਾਹ ਹੀ ਚੜ੍ਹਦਾ, ਦਰਦ ਨਹੀਂ ਹੋਇਆ, ਘੁੱਟਣ ਮਹਿਸੂਸ ਹੋ ਰਹੀ ਬਹੁਤ ਜ਼ਿਆਦਾ, ਵੀ ਅੱਗੇ ਤੁਹਾਨੂੰ ਕਦੇ ਨਹੀਂ ਸੀ, ਹੁਣ ਬਹੁਤ ਜ਼ਿਆਦਾ ਘੁੱਟਣ ਮਹਿਸੂਸ ਹੋਈ। ਮੈਂ ਕਈ ਮਰੀਜ਼ ਦੇਖਿਆ ਵੀ ਉਹਨਾਂ ਨੂੰ ਘੁੱਟਣ ਹੋਈ, ਉਹਨੇ ਜਾਂ ਸੌਂ ਜਾਂਦਾ ਹਟ ਜੂਗੀ, ਸੁੱਤੇ ਹੀ ਰਹਿ ਗਏ। ਕਈ ਕਈ ਸਾਡੇ ਭੈਣ ਭਰਾ ਇਹੋ ਜਿਹੇ ਸੀਗੇ ਵੀ ਉਹਨਾਂ ਨੂੰ ਕਿਤੇ ਦਰਦ ਹੋਇਆ, ਹੋਈ ਗਿਆ ਹੋਈ ਗਿਆ, ਕਹਿੰਦੇ ਕੋਈ ਗੱਲ ਨਹੀਂ ਸਵੇਰੇ ਜਾਵਾਂਗੇ ਡਾਕਟਰ ਕੋਲ। ਕਈ ਵਾਰ ਇੱਦਾਂ ਹੁੰਦਾ ਆਪ ਕਾਰ ਚਲਾ ਕੇ ਜਾ ਰਹੇ ਸੀ, ਰਸਤੇ 'ਚ ਰਹਿ ਗਿਆ ਬੰਦਾ। ਸੋ ਇਸ ਚੀਜ਼ ਨੂੰ ਸੀਰੀਅਸਲੀ ਲੈਣਾ ਚਾਹੀਦਾ। ਜੇ ਤੁਹਾਨੂੰ ਨਹੀਂ ਆ, ਤੁਸੀਂ ਆਪਣੇ ਡਾਕਟਰ ਨੂੰ ਕਾਲ ਕਰਕੇ ਉਹਤੋਂ ਸਲਾਹ ਲੈ ਸਕਦੇ ਹੋ ਵੀ ਮੈਂ ਕੀ ਕਰਾਂ ਭਾਈ। ਜੇ ਤੁਹਾਨੂੰ ਇਹ ਨਹੀਂ ਵੀ ਜ਼ਰੂਰੀ ਵੀ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ, ਤੁਸੀਂ ਆਪਣੇ ਡਾਕਟਰ ਨੂੰ ਕਾਲ ਕਰੋ, ਜੇ ਡਾਕਟਰ ਫੋਨ ਨਹੀਂ ਚੱਕਦਾ ਫਿਰ ਐਮਰਜੈਂਸੀ ਚਲੇ ਜਾਓ, ਸਲਾਹ ਲੈ ਲਓ। ਜੇ ਤੁਹਾਨੂੰ ਲੱਗਦਾ ਵੀ ਸੀਰੀਅਸ, ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ, ਕਿਉਂਕਿ ਕੋਈ ਵੀ ਜਿਹੜਾ ਡਾਕਟਰ ਉਹਦਾ 24 ਆਵਰ ਆਂਸਰਿੰਗ ਸਰਵਿਸ ਹੁੰਦੀ ਆ। ਨਹੀਂ ਹਾਂ, ਹੁਣ ਜਿਹੜੀਆਂ ਚੀਜ਼ਾਂ ਤੁਸੀਂ ਦੱਸੀਆਂ ਡਾਕਟਰ ਸਾਹਿਬ, ਇਹ ਤਾਂ ਆਮ ਜ਼ਿੰਦਗੀ ਦੇ ਵਿੱਚ ਹੈਗੀਆਂ ਨੇ, ਔਰ ਆਮ ਇਹ ਵੀ ਗੱਲ ਪੱਕੀ ਹੈ ਕਿ ਅਸੀਂ ਪਰਵਾਹ ਨਹੀਂ ਕਰਦੇ। ਅਸੀਂ ਚਾਹੇ ਇੱਧਰਲੇ ਮੁਲਕਾਂ 'ਚ ਸਹੂਲਤਾਂ ਵੀ ਬਹੁਤ ਹੈਗੀਆਂ, ਅਸੀਂ ਜਦੋਂ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਉੱਥੇ ਤਾਂ ਔਖਾ ਬਹੁਤ ਆ ਵੀ ਜਦੋਂ ਟੈਸਟ ਟੁਸਟ ਕਰਾਉਣ ਜਾਣਾ ਅਤੇ ਕੁਛ ਕਰਾਉਣ ਜਾਣਾ ਤਾਂ ਪੈਸੇ ਬਹੁਤ ਲੱਗਦੇ ਆ, ਪਰ ਸਾਡੇ ਇੱਧਰਲੇ ਮੁਲਕਾਂ ਦੇ ਵਿੱਚ ਵੀ ਪੰਜਾਬੀ ਘੋਲੋਂ ਕਰ ਜਾਂਦੇ ਆ। ਇਹ ਬਿਲਕੁਲ ਸਹੀ ਗੱਲ ਕਹੀ ਆ ਜੀ, ਬੜਾ ਮਨ ਖਰਾਬ ਹੁੰਦਾ ਜੀ ਜਦੋਂ
ਤੁਹਾਡਾ ਬਿਲਕੁਲ ਹਾਰਟ ਠੀਕ ਰਹਿ ਜਾਂਦਾ, ਅੰਦਰ ਉਹਨੂੰ ਸਟੈਂਟ ਪਾ ਕੇ ਜਾਂ ਕਈ ਵਾਰੀ ਆਰਟਰੀ ਨੂੰ ਖੋਲ ਦਿੰਦੇ ਨੇ ਜੀ। ਜੇ ਤੁਸੀਂ ਜਾਓਗੇ ਲੇਟ, ਆਲਰੇਡੀ ਮਸਲ ਦੀ ਡੈਥ ਹੋ ਚੁੱਕੀ ਹੈ, ਉਹ ਮਸਲ ਮਰ ਗਿਆ ਤੁਹਾਡਾ ਹਾਰਟ ਦਾ, ਫਿਰ ਹਾਰਟ ਤੁਹਾਡਾ ਪਰਮਾਨੈਂਟਲੀ ਕਮਜ਼ੋਰ ਹੋ ਜਾਣਾ। ਕਈਆਂ ਨੇ ਤਾਂ ਪਹੁੰਚਣਾ ਹੀ ਨਹੀਂ, ਵੈਸੇ ਹੀ ਡੈਥ ਵੀ ਹੋ ਜਾਂਦੀ ਕਈ ਵਾਰੀ ਰਿਧਮੀਆਂ ਹੋ ਕੇ ਜੀ। ਪਰ ਜੇ ਤੁਸੀਂ ਪਹੁੰਚ ਵੀ ਗਏ, ਬਹੁਤ ਦੇਰ ਬਾਅਦ ਗਏ, ਹਾਰਟ ਤੁਹਾਡਾ ਮਸਲ ਵੀਕ ਹੋ ਗਿਆ, ਫਿਰ ਹਾਰਟ ਫੇਲਰ, ਹੋਰ ਪ੍ਰੋਬਲਮ ਆ, ਸਾਹ ਚੜ੍ਹਨਾ ਸਦਾ ਦੀ ਪ੍ਰੋਬਲਮ ਹੋ ਜਾਂਦੀ ਹੈ। ਜੇ ਤੁਸੀਂ ਜਲਦੀ ਚਲੇ ਜਾਓਗੇ ਤਾਂ ਮਸਲ ਨੂੰ ਬਚਾਇਆ ਜਾ ਸਕਦਾ ਮਰਨ ਤੋਂ। ਜੀ ਜੀ ਜੀ। ਅੱਛਾ, ਇਹ ਇੱਕ ਤੁਸੀਂ ਗੱਲ ਕਰ ਰਹੇ ਸੀ ਕੁਛ 90 ਘੰਟੇ ਦੀ, ਜੇ ਗੱਲ ਕਰ ਰਹੇ ਸੀ, ਕੀ ਗੱਲ ਕਰ ਰਹੇ ਸੀ? ਇਹ ਹੁੰਦਾ ਵੀ ਅੱਜ ਕੱਲ੍ਹ ਨਾ ਜੇ ਕੋਈ ਪੇਸ਼ੈਂਟ ਐਮਰਜੈਂਸੀ ਰੂਮ 'ਚ ਹਾਰਟ ਅਟੈਕ ਨਾਲ ਜਾਂਦਾ, ਉਹ ਵਿਦ ਇਨ 90 ਮਿੰਟ ਉਹਦੀ ਆਰਟਰੀ ਖੋਲ ਦਿੰਦੇ ਨੇ। ਅੱਛਾ, ਹਾਂਜੀ, ਉਹ 90 ਮਿੰਟ ਦੇ ਵਿੱਚ ਆਰਟਰੀ ਖੋਲ ਦਿਓ ਤਾਂ ਫਿਰ ਉਹ ਮਸਲ ਦੀ ਡੈਥ ਨਹੀਂ ਹੁੰਦੀ। ਜੀ ਜੀ ਜੀ। ਉਹਨੂੰ ਮਰਨ ਤੋਂ ਬਚਾਇਆ ਜਾ ਸਕਦਾ, ਬੰਦੇ ਨੂੰ ਵੀ, ਹਾਰਟ ਨੂੰ ਵੀ। ਬਹੁਤ ਵੱਡਾ ਪੁਆਇੰਟ ਤੁਸੀਂ ਦੱਸਿਆ। ਕਾਲ ਲੈਣੀ ਡਾਕਟਰ ਸਾਹਿਬ ਇੱਕ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਟੀਵੀ ਦੀ ਆਵਾਜ਼ ਘੱਟ ਕਰਕੇ ਕਰੋ ਜੀ ਗੱਲ, ਕੀ ਕਰਨੀ ਚਾਹੁੰਦੇ ਡਾਕਟਰ ਸਾਹਿਬ ਨਾਲ? ਟੀਵੀ ਦੀ ਆਵਾਜ਼ ਘੱਟ ਕਰਕੇ ਗੱਲ ਕਰੋ ਜੀ। ਮੈਂ ਕਰਨ ਡਿਆ ਵਾਂ, ਘੱਟ ਕਰ ਲਈਆ। ਹਾਂਜੀ, ਹੁਣ ਕਰੋ ਜੀ ਗੱਲ। ਹਾਂਜੀ ਜੀ, ਮੈਂ ਜੱਗੀ ਸਾਹਿਬ ਦੇ ਪ੍ਰੋਗਰਾਮ, ਲਾਈਵ ਪ੍ਰੋਗਰਾਮ ਕਰਨ ਤੇ ਮੈਂ ਤੇ ਉਹਨਾਂ ਨੂੰ ਫੋਨ ਕੀਤਾ ਸੀ ਜੀ। ਉੱਥੇ ਹੀ ਲੱਗਿਆ ਫੋਨ, ਮੈਂ ਜਗਤਾਰ ਜੱਗੀ ਬੋਲ ਰਿਹਾ, ਡਾਕਟਰ ਜਸਬੀਰ ਸਿੰਘ ਜੀ ਮੇਰੇ ਨਾਲ ਨੇ, ਤੁਸੀਂ ਸਵਾਲ ਕਰ ਸਕਦੇ ਹੋ, ਸਮਾਂ ਬਹੁਤ ਥੋੜਾ ਅੱਗੇ ਬਚਿਆ ਆਪਣੇ ਕੋਲੇ। ਓਕੇ ਜੀ, ਇੱਕ ਸਹੀ ਹੁਣ ਗੱਲ ਕਰਨੀ ਚਾਹੁੰਦੇ ਸੀ, ਸਵਾਲ ਵੀ ਕੋਈ ਪੁੱਛਣਾ ਚਾਹੁੰਦੇ ਸੀ, ਪਰ ਪ੍ਰੋਬਲਮ ਕੀ ਕਿ ਧਿਆਨ ਟੈਲੀਵਿਜ਼ਨ ਵੱਲ ਲੱਗ, ਮੇਰੀ ਆਵਾਜ਼ ਟੈਲੀਵਿਜ਼ਨ 'ਚ ਹਜੇ ਆਈ ਨਹੀਂ, ਆਉਂਦੀ ਨਹੀਂ। ਉਹ ਟੈਲੀਵਿਜ਼ਨ 'ਤੇ ਤੁਹਾਨੂੰ ਟੈਕਨੀਕਲੀ ਥੋੜ੍ਹਾ ਬਹੁਤ 5-7 ਸੈਕਿੰਡ ਦਾ ਤੁਹਾਨੂੰ ਪਤਾ ਲੇਟ ਜਾਂਦੀ ਆਵਾਜ਼। ਹਾਂਜੀ ਹਾਂਜੀ। ਅੱਛਾ, ਇੱਕ ਹੋਰ ਬੜਾ ਅਹਿਮ ਸਵਾਲ ਡਾਕਟਰ ਸਾਹਿਬ, ਸਭ ਵਾਸਤੇ ਹੀ ਹੈ, ਮੇਰੇ ਵਾਸਤੇ ਵੀ ਹੈਗਾ। ਜਦੋਂ ਇੱਦਾਂ ਦੀ ਪ੍ਰੋਬਲਮ ਆਉਂਦੀ ਹੈ, ਦਰਦ ਹੁੰਦਾ, ਪੇਨ ਹੋਈ ਹੈ, ਅਤੇ ਅਸੀਂ ਘਰ ਹੀ ਜਿਵੇਂ ਪੰਜਾਬ ਦੀ ਗੱਲ ਕਰੀਏ ਤਾਂ ਕੈਮਿਸਟ ਕੋਲ ਗਏ ਤਾਂ ਉੱਥੋਂ ਲਈਆਂ ਦਵਾਈਆਂ ਤਾਂ ਖਾ ਲਈਆਂ, ਚੱਲ ਜਾ ਠੀਕ ਹੋ ਗਿਆ, ਤਾਂ ਫਿਰ ਹੋਏ ਤਾਂ ਫੇਰ ਖਾ ਲਏ। ਇੱਥੇ ਵੀ ਜ਼ਿਆਦਾਤਰ ਲੋਕ ਇਹੀ ਕਰਦੇ ਨੇ ਕਿ ਪਈ ਘਰੇ ਮੋਰਟਿਨ ਪਈ ਹੈ ਅਤੇ ਘਰੇ ਜਾਂ ਕੋਈ ਐਡਵਲ ਪਈ ਹੈ ਅਤੇ ਉਹ ਇੱਦਾਂ ਦੀ ਪ੍ਰੋਬਲਮ ਆਈ ਤਾਂ ਖਾ ਲਏ, ਠੀਕ ਹੋ ਗਏ। ਇਹ ਜਿਹੜੀ ਸੈਲਫ ਮੈਡੀਟੇਸ਼ਨ ਆ, ਇਹ ਕਿੰਨੀ ਕੁ ਸਹੀ ਹੈ ਸਾਡੇ ਵਾਸਤੇ? ਦੇਖੋ ਜੀ, ਸਲਾਹ ਲੈਣ 'ਚ ਕੋਈ ਹਰਜ ਨਹੀਂ ਹੈ। ਕਈ ਵਾਰੀ ਹੁੰਦਾ ਵੀ ਜੇ ਤੁਹਾਡਾ ਮਸਲ ਪੁੱਲ ਹੋਇਆ, ਕੁਛ ਹੋਇਆ, ਦਰਦ ਹੋਣ ਦੀ ਹੋਰ ਵਜ੍ਹਾ ਵੀ ਹੋ ਸਕਦੀ ਹੈ, ਪਰ ਤੁਹਾਨੂੰ ਜੇ ਇਹਨਾਂ 'ਚੋਂ ਕੋਈ ਸੀਰੀਅਸ ਸਾਈਨ ਲੱਗਦਾ ਜੀ, ਤਾਂ ਤੁਸੀਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਵੀ ਜਿਹੜੀ ਤੁਹਾਡੀ ਲਾਈਫ ਬੜੀ ਪ੍ਰੀਸ਼ੀਅਸ ਆ, ਜਾਨ ਹੈ ਅਤੇ ਜਹਾਨ ਹੈ, ਇਹ ਰਿਸਕ ਨਹੀਂ ਲੈਣਾ ਚਾਹੀਦਾ। ਕਿਉਂਕਿ ਮੈਂ ਬਹੁਤ ਜ਼ਿਆਦਾ ਇੱਦਾਂ ਦੇ ਕੇਸ ਦੇਖੇ ਨੇ ਵੀ ਉਹ ਲੋਕਾਂ ਨੇ ਇੰਨੀ ਮਿਹਨਤ ਕਰਕੇ ਇੰਨੀਆਂ ਚੀਜ਼ਾਂ ਬਣਾਈਆਂ, ਪਰ ਛੋਟੀ ਜਿਹੀ ਗੱਲ ਪਿੱਛੇ ਅਣਗਹਿਲੀ ਕਰਕੇ ਥੋੜ੍ਹਾ ਜਿਹਾ ਬਚਾਓ ਵੀ ਚੱਲ ਮੇਰਾ ਟਾਈਮ ਬਚ ਜੂਗਾ ਜਾਂ ਪੈਸੇ ਵੱਜ ਜਾਣਗੇ, ਆਪਣੀ ਜਾਨ ਗਵਾ ਲਈ। ਜੀ ਬਿਲਕੁਲ। ਸੋ ਅਣਗਹਿਲੀ ਜਿਹੜੀ ਸਿਹਤ ਪ੍ਰਤੀ ਹੈਗੀ ਹੈ, ਸਾਨੂੰ ਨਹੀਂ ਕਰਨੀ ਚਾਹੀਦੀ। ਉਰੇ ਸਹੂਲਤ ਹੈ ਜੀ ਹਰ ਚੀਜ਼ ਦੀ ਇਸ ਕੰਟਰੀ ਦੇ, ਦੇਖੋ ਅਮੈਰੀਕਾ ਤਾਂ ਹੀ ਇੰਨਾ ਵਧੀਆ ਮੁਲਕ ਹੈ ਵੀ ਉਰੇ ਸਹੂਲਤ ਹੈ ਹਰ ਚੀਜ਼ ਦੀ। ਜੀ ਚਲੋ, ਕਾਫੀ ਗੱਲਾਂ ਬਾਤਾਂ ਆਪਣੀਆਂ ਵਧੀਆ ਤੁਸੀਂ ਦੱਸੀਆਂ ਬਹੁਤ ਸਾਡੇ ਦਰਸ਼ਕਾਂ ਨੂੰ, ਅਤੇ ਕੋਸ਼ਿਸ਼ ਕਰਾਂਗੇ ਜ਼ਰੂਰ ਅਸੀਂ ਹਫ਼ਤੇ 'ਚ ਜਾਂ ਇੱਕ ਦਿਨ ਤੁਹਾਡੇ ਨਾਲ ਜ਼ਰੂਰ ਤੁਹਾਡੀ ਸੇਵਾ ਜਿਹੜੀ ਹੈਗੀ ਹੈ ਉਹ ਸਾਡੇ ਦਰਸ਼ਕਾਂ ਵਾਸਤੇ ਲਈਏ, ਅਵੇਅਰ ਕਰ ਸਕੀਏ। ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ, ਬਿਮਾਰੀਆਂ, ਹਰ ਬਿਮਾਰੀ ਦਾ ਇਲਾਜ ਹੈਗਾ, ਹਰ ਚੀਜ਼ ਦਾ ਹੱਲ ਹੈਗਾ, ਪਰ ਅਵੇਅਰਨੈਸ ਜਿਹੜੀ ਹੈਗੀ ਆ ਉਹ ਨਹੀਂ ਹੈਗੀ। ਉਹਦਾ ਕੀ ਹੱਲ ਹੈ, ਲੋਕਾਂ ਨੂੰ ਕਿਵੇਂ ਅਵੇਅਰ ਕਰ ਸਕਦੇ ਖਾਸ ਤੌਰ 'ਤੇ ਸਿਹਤ ਸੰਬੰਧੀ 'ਚ? ਦੇਖੋ ਜੀ, ਸਾਡੇ ਬਜ਼ੁਰਗਾਂ ਨੇ ਇਸ ਮੁਲਕ 'ਚ ਆ ਕੇ ਇੰਨੀਆਂ ਮਿਹਨਤਾਂ ਕਰਕੇ ਸਾਡੀਆਂ ਜੜ੍ਹਾਂ ਲਗਾਈਆਂ, ਸਾਡੀ ਕਮਿਊਨਿਟੀ ਬਹੁਤ ਤਰੱਕੀ ਕਰ ਰਹੀ ਆ, ਪਰ ਉਹਦੇ ਨਾਲ ਨਾਲ ਜਿਵੇਂ ਤੁਸੀਂ ਕਿਹਾ ਵੀ ਜਿਹੜਾ ਗਿਆਨ ਹੈ ਜੀ, ਗਿਆਨ ਤੋਂ ਬਹੁਤ ਵਾਂਝੇ ਹਾਂ ਅਸੀਂ। ਸੋ ਸਾਡਾ ਫਰਜ਼ ਬਣਦਾ ਜਿਹੜੇ ਮੈਡੀਕਲ ਫੀਲਡ 'ਚ ਬੰਦੇ ਆ, ਭਾਵੇਂ ਭੈਣਾਂ ਜਾਂ ਭਰਾ ਹੋਰ ਨੇ, ਵੀ ਅਸੀਂ ਆਪਣੀ ਕਮਿਊਨਿਟੀ ਨੂੰ ਜਿੰਨਾ ਵੀ ਜ਼ਿਆਦਾ ਐਜੂਕੇਟ, ਉਹਨਾਂ ਨੂੰ ਦੱਸੀਏ, ਇਨਫੋਰਮੇਸ਼ਨ ਸ਼ੇਅਰ ਕਰੀਏ, ਅਤੇ ਤੁਸੀਂ ਸਾਨੂੰ ਇਹ ਮੌਕਾ ਦਿੱਤਾ, ਅਤੇ ਸਾਡੇ ਧੰਨਵਾਦ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਏ ਸਟੂਡੀਓ ਦੇ ਵਿੱਚ ਔਰ ਸਾਡੇ ਦਰਸ਼ਕਾਂ ਵਾਸਤੇ ਇੰਨੀਆਂ ਜ਼ਿਆਦਾ ਵਧੀਆ ਗੱਲਾਂ ਬਾਤਾਂ ਕੀਤੀਆਂ। ਉਮੀਦ ਹੈ ਦੁਬਾਰਾ ਫਿਰ ਤੁਹਾਨੂੰ ਜ਼ਰੂਰ ਕਸ਼ਟ ਦੇਵਾਂਗੇ ਅਤੇ ਤੁਸੀਂ ਸਾਡੇ ਦਰਮਿਆਨ ਸਾਡੇ ਦਰਸ਼ਕਾਂ ਵਾਸਤੇ ਜ਼ਰੂਰ ਆਓਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਅਖੀਰ ਦੇ ਵਿੱਚ ਜ਼ਰੂਰ ਕੋਈ 2 ਸ਼ਬਦ ਅਗਰ ਸਾਡੇ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ। ਦੇਖੋ ਜੀ, ਧੰਨਵਾਦ, ਤੁਸੀਂ ਸਾਨੂੰ ਬੁਲਾਇਆ। ਮੇਰੀ ਆਪਣੀ ਕਮਿਊਨਿਟੀ ਨੂੰ ਇਹੀ ਬੇਨਤੀ ਆ ਵੀ ਜਿਵੇਂ ਤੁਸੀਂ ਵੀ ਇਹ ਗੱਲ ਦੱਸੀ, ਹਰ ਚੀਜ਼ ਦਾ ਹੱਲ ਹੈ, ਸਿਹਤ ਦਾ ਵੀ, ਹਰ ਮਸਲੇ ਦਾ। ਘਰ ਦੇ ਇੱਥੇ ਆਪਣੀ ਕਮਿਊਨਿਟੀ ਹੋਰ ਬੜੇ ਮਸਲੇ ਨੇ, ਡਿਪਰੈਸ਼ਨ, ਬੱਚਿਆਂ ਦੇ ਇਸ਼ੂਜ਼, ਹਰ ਚੀਜ਼ ਦੀ ਪ੍ਰੋਫੈਸ਼ਨਲ ਹੈਲਪ ਅਵੇਲੇਬਲ ਆ ਜੀ, ਉਹ ਅਵੇਲੇਬਲ ਹੈਗੀ ਆ, ਅਤੇ ਤੁਸੀਂ ਇਸ ਚੀਜ਼ ਦਾ ਫਾਇਦਾ ਉਠਾਓ। ਆਪਾਂ ਇੰਨੇ ਵਧੀਆ ਮੁਲਕ 'ਚ ਰਹਿੰਦੇ ਹਾਂ ਵੀ ਉਰੇ ਹਰ ਚੀਜ਼ ਦਾ ਸਲੂਸ਼ਨ ਹੈਗਾ। ਆਪਣੇ ਆਪ ਨੂੰ ਤੁਸੀਂ ਪੈਸੇ ਦੀ ਭੱਜ ਦੌੜ 'ਚ ਇੰਨਾ ਨਾ ਫਸ ਜਾਓ ਵੀ ਤੁਸੀਂ ਆਪਣੀ ਸਿਹਤ ਨੂੰ, ਆਪਣੀ ਫੈਮਿਲੀ ਨੂੰ ਇਗਨੋਰ ਨਾ ਕਰੋ ਜੀ ਡਾਕਟਰ, ਕਿਉਂਕਿ ਜ਼ਿੰਦਗੀ ਦਾ ਸਵਾਦ ਤਾਂ ਹੀ ਹੈ, ਦੋਹੇ ਚੀਜ਼ਾਂ, ਸਿਹਤ ਵੀ ਜ਼ਰੂਰੀ ਆ, ਫੈਮਿਲੀ ਵੀ ਜ਼ਰੂਰੀ ਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।